ਵਾਚ ਮੁੰਡੇ ਦਾ ਜਨਮ ਹੋਇਆ ਤਾਂ ਪਾਲਣਾ ਮੈਨੂੰ ਚਾਹੀਦਾ ਹੈ। ਮੇਰੇ ਵਾਚ ਕੁੜੀ ਦਾ ਜਨਮ ਹੋਇਆ ਤੇ ਇਹ ਪਾਲਣਾ ਮੈਨੂੰ ਚਾਹੀਦਾ। ਮੈਨੂੰ ਪਾਲਣਾ ਚਾਹੀਦਾ ਹੈ। ਮੇਰੇ ਬੱਚੇ ਨੂੰ ਇਹਦੀ ਲੋੜ ਹੈ। ਮੈਨੂੰ ਚਾਹੀਦਾ ਹੈ। ਤੇ ਤੇਰੇ ਪਤੀ ਦਾ ਇਹ ਟੱਟੇ ਖੂਚ ਜਾ। ਤੈਨੂੰ ਪਤਾ ਹੈ ਨਾ ਬੱਚੇ ਦੀ ਡਿਲੀਵਰੀ ਡਾਕਟਰ ਸੂਰਿਆ ਮੌਲੀ ਨੇ ਕੀਤੀ ਸੀ। ਮੇਰੇ ਵਾਲੇ ਬੱਚੇ ਦੀ ਡਿਲੀਵਰੀ ਡਾਕਟਰ ਚੰਦਰ ਮੌਲੀ ਨੇ ਕੀਤੀ ਸੀ, ਜਾਣਦੀ ਹੈ ਨਾ। ਤੇ ਕੀ ਹੋਇਆ? ਮੈਨੂੰ ਇਹ ਪਾਲਣਾ ਚਾਹੀਦਾ। ਮੈਨੂੰ ਚਾਹੀਦਾ ਹੈ। ਇਹ ਮੈਨੂੰ ਚਾਹੀਦਾ ਹੈ। ਮੈਨੂੰ ਚਾਹੀਦਾ ਹੈ। ਓ ਨਾਗ ਨਗੇਂਦਰ, ਮੇਰੀ ਤਾਂ ਕਿਸਮਤ ਹੀ ਖੁੱਲ ਗਈ, ਮੁੰਡਾ ਹੋਇਆ ਏ। ਨਾਗੇਂਦਰ, ਸਾਡੇ ਘਰ ਦਾ ਚੁੱਲ੍ਹਾ ਹੁਣੇ ਹੁਣੇ ਬਲਿਆ ਏ, ਕੁੜੀ ਹੋਈ ਏ। ਮੈਂ ਮਠਿਆਈ ਲੈ ਕੇ ਆਇਆ ਹਾਂ, ਆ ਲੈ। ਹਾਂ, ਇਹ ਕੱਲ ਦੇ ਵਿਆਹ ਦੀ ਬਚੀ ਹੋਈ ਮਿਠਾਈ ਲੈ ਕੇ ਆਇਆ ਏ। ਇਹ ਬੜਾ ਚਲਾਕ ਬੰਦਾ ਏ। ਤੂੰ ਤੇ ਇਹ ਵੀ ਨਹੀਂ ਸੀ ਲਿਆ ਸਕਦਾ, ਕੰਜੂਸ ਬੰਦਾ। ਓਏ ਤੂੰ ਵੀ ਖਾ ਨਾ, ਲੈ ਲੈ ਖਾ 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 ਲਾ। ਰੈਡੀ ਸਮਾਈਲ, ਮਠਿਆਈ ਵੀ ਤਿਆਰ ਹੋ ਗਈ ਹੈ। ਰਜਿੰਦਰ, ਮੈਂ ਤੇਰੀ ਇੱਕ ਬਹੁਤ ਚੰਗੀ ਫੋਟੋ ਖਿੱਚੀ, ਜੇਕਰ ਤੂੰ ਇਹਨੂੰ ਦੇਖੇਗਾ ਨਾ ਹੈਰਾਨ ਹੋ ਜਾਏਗਾ। ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਮੇਰੇ ਮਰਨ ਤੋਂ ਬਾਅਦ ਉਸੇ ਫੋਟੋ ਤੇ ਹਾਰ ਪਾਏਗਾ। ਨਾਗੂ, ਮੈਂ ਵੀ ਬੜੇ ਸਵਾਦੀ ਪਕੌੜੇ ਬਣਾਉਣ ਦੀ ਤਿਆਰੀ ਕੀਤੀ ਹੈ ਸਿਰਫ ਤੇਰੇ ਲਈ। ਕਿਵੇਂ ਦਾ ਦੋਸਤ, ਦੁਸ਼ਮਣ ਹੈ ਤੂੰ ਮੇਰਾ? ਸੰਜੇ ਕਿੱਥੇ? ਇੱਥੇ ਕਿਤੇ ਨੇੜੇ ਤੇੜੇ ਹੋਣਾ ਹੈ। ਸੰਜੂ, ਕਰੇਲੇ ਵਰਗਾ ਬੰਦਾ, ਜੀ ਕਰਦਾ ਮੈਸ਼ ਕਰਕੇ ਦੀ ਸਬਜ਼ੀ ਹੋ ਜਾਏ ਦਾ ਇੱਕੋ ਜਿਹਾ ਡਰਾਮਾ। ਲੀਲਾ, ਮੇਰੀ ਬੱਚੀ। ਸੰਜੇ, ਸੰਜੇ ਪਾਪਾ, ਵਿਆਹ ਦਾ ਮਤਲਬ ਕੀ ਹੁੰਦਾ ਹੈ? ਇੱਕ ਦੋ ਵਾਰ ਤੂੰ ਮੇਰੇ ਨਾਲ ਚੱਲ, ਤੂੰ ਵੀ ਸਭ ਕੁਝ ਸਮਝ ਜਾਏਗਾ। ਪਾਪਾ, ਹਰ ਇੱਕ ਅੰਕਲ ਦੇ ਨਾਲ ਆਂਟੀ ਹੈ, ਪਰ ਤੁਹਾਡੇ ਨਾਲ ਕੋਈ ਆਂਟੀ ਕਿਉਂ ਨਹੀਂ ਹੈ? ਪਹਿਲਾਂ ਤੇਰੀ ਮਾਂ ਹੈਗੀ ਸੀ ਬੇਟੇ, ਪਰ ਜਦੋਂ ਮਰ ਗਈ ਤੇ ਉਹਦੀ ਫੋਟੋ ਤੇ ਹਾਰ ਚੜਾਉਣਾ ਪਿਆ। ਮੈਂ ਹੀ ਉਹਦੀ ਡੈਥ ਸੈਰੇਮਨੀ ਤੇ ਖਾਣਾ ਬਣਾਇਆ ਸੀ। ਸ਼ਾਂਤੀ, ਕ੍ਰਾਂਤੀ। ਸੁਣੋ ਬੱਚਿਓ, ਨੈਕਸਟ ਵੀਕ ਮੇਰਾ ਵਿਆਹ ਹੈ। ਮੈਡਮ, ਸਿੰਗਲ ਪਾਰਟ, ਇਹ ਸ਼ੁਭ ਸੰਕੇਤ ਹੈ ਮੈਡਮ। ਸ਼ਟ ਅਪ ਸੰਜੇ। ਦੇਖੋ, ਮੈਂ ਇੱਕ ਹਫਤੇ ਤੱਕ ਕਲਾਸ ਨਹੀਂ ਲੈ ਪਾਵਾਂਗੀ, ਇਸ ਲਈ ਤੁਸੀਂ ਸਾਰੇ ਘਰੇ ਹੀ ਥਿਉਰੀ ਪੜਿਓ। ਓਕੇ ਮੈਮ, ਤੁਸੀਂ ਆਰਾਮ ਨਾਲ ਘਰੇ ਆਪਣਾ ਪ੍ਰੈਕਟੀਕਲ ਖਤਮ ਕਰੋ। ਇੱਥੇ ਵੇਖੋ ਯਾਰ, ਸਾਨੂੰ ਨੀ ਪਤਾ ਕਿ ਕੁੜੀਆਂ ਕੀ ਸੋਚਦੀਆਂ ਨੇ। ਸਾਡੇ ਮੈਡਮ ਦੇ ਵਿਆਹ ਦੇ ਲਈ ਉਹਨਾਂ ਨੂੰ ਦੇਣ ਵਾਸਤੇ ਕੋਈ ਗੁਲਦਸਤਾ ਜਾਂ ਇਹੋ ਜਿਹਾ ਕੁਝ ਨਹੀਂ ਲਿਆਵਾਂਗੇ। ਸਾਡੇ ਕ੍ਰੇਜ਼ੀ ਸਟਾਰ ਦਲਜੀਤ ਵਾਂਗੂ ਅਸੀਂ ਵੀ ਕੋਈ ਕ੍ਰੇਜ਼ੀ ਆਈਡੀਆ ਲਾਵਾਂਗੇ। ਹਾਂ, ਸੇਤੂ ਦੀ ਦੁਕਾਨ ਤੇ ਸੇਲ ਲੱਗੀ ਹੈ, ਅਸੀਂ ਚਾਂਦੀ ਦਾ ਫੁੱਲਦਾਨ ਹੀ ਗਿਫਟ ਕਰਾਂਗੇ, ਕੀ ਕਹਿੰਦੇ ਹੋ? ਕਰੋ ਕਰੋ, ਸਾਡੀ ਮੈਡਮ ਚਾਂਦੀ ਦਾ ਫੁੱਲਦਾਨ ਲੈ ਕੇ ਰੋਜ਼ ਝੀਲ ਉੱਤੇ ਜਾਏਗੀ, ਕਿਉਂ ਦੋਸਤੋ? ਚਲੋ ਛੇਤੀ, 40 ਰੁਪਏ ਦਿਵੋ। ਚਲ ਤੂੰ ਵੀ ਦੇ। ਹਾਂ, ਪੰਜ ਸੌ ਵੀ, 400 ਵੀ, ਯੈਸ। ਮੋਦੀ, ਅੱਜ ਮੈਂ ਬਹੁਤ ਖੁਸ਼ ਹਾਂ, ਇਹ ਚੰਗੀ ਤਰ੍ਹਾਂ ਹੋਣਾ ਚਾਹੀਦਾ। ਪੰਡਿਤ ਜੀ ਕਿੱਥੇ ਨੇ? ਅਗਨੀ ਕੁੰਡ ਕਿੱਥੇ ਹੈ? ਕੋਈ ਪਰ ਪੰਡਿਤ ਕਿਉਂ ਚਾਹੀਦਾ ਹੈ? ਅਗਨੀ ਕੁੰਡ ਕਿਉਂ ਚਾਹੀਦਾ ਹੈ? ਤੇ ਬੈਂਡ ਬਾਜਾ ਕਿੱਥੇ ਹੈ? ਬੈਂਡ ਬਾਜੇ ਦੀ ਤੈਨੂੰ ਕੀ ਲੋੜ ਹੈ? ਸਾਡਾ ਵਿਆਹ ਇੱਥੇ ਨਹੀਂ ਹੋਊਗਾ ਕੀ? ਜ਼ਰੂਰ ਹੋਵੇਗੀ, ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਕੀ ਲੋੜ ਹੈ? ਤੁਸੀਂ ਦੋਵੇਂ ਬਿਨਾਂ ਕਿਸੇ ਚਿੰਤਾ ਤੋਂ ਇੱਥੋਂ ਭੱਜ ਜਾਇਓ,
ਅਸੀਂ ਹਰ ਇੱਕ ਚੀਜ਼ ਦਾ ਇੰਤਜ਼ਾਮ ਕਰ ਦੇਵਾਂਗੇ। ਤੁਸੀਂ ਆਖਿਆ ਸੀ ਕਿ ਅਸੀਂ ਬੜੇ ਵਧੀਆ ਤਰੀਕੇ ਨਾਲ ਵਿਆਹ ਕਰਾਂਗੇ, ਜਿਹਦੇ ਲਈ ਤੁਸੀਂ 25,000 ਰੁਪਇਆ ਲਿਆ। ਇਹ ਕਿਵੇਂ ਦਾ ਮਜ਼ਾਕ ਹੈ ਦੱਸ ਮੈਨੂੰ। ਓਏ, ਮੈਂ ਜਿਹੜੇ ਤਰੀਕੇ ਨਾਲ ਵਿਆਹ ਦੀ ਪਲੈਨਿੰਗ ਕੀਤੀ ਹੈ ਉਹਦੇ 'ਚ ਪੰਡੇ ਦੀ ਲੋੜ ਹੀ ਨਹੀਂ ਹੋਣੀ। ਮਤਲਬ ਵੇਖੋ, ਇਹ ਵੇ ਮੰਤਰ ਮੰਗਲ ਹੈ, ਇਹ ਸਾਡੇ ਰਾਸ਼ਟਰ ਕਵੀ ਕੁਆਂਪੂ ਨੇ ਲਿਖਿਆ ਹੈ। ਜੇ ਇਸ ਕਿਤਾਬ ਨੂੰ ਤੁਸੀਂ ਦੋਵੇਂ ਪੜੋਗੇ ਤਾਂ ਤੁਹਾਡਾ ਵਿਆਹ ਹੋ ਜਾਊਗਾ। ਇਹਦੇ ਵਿੱਚ ਜ਼ਿਆਦਾ ਵਕਤ ਨਹੀਂ ਲੱਗੇਗਾ ਤੇ ਨਾ ਹੀ ਜ਼ਿਆਦਾ ਖਰਚਾ ਹੋਏਗਾ, ਤੇ ਤੁਹਾਡੇ ਦੋਨਾਂ ਦੇ ਮਾਪਿਆਂ ਤਾਂ ਰਾਜ਼ੀ ਹੈ ਨਹੀਂ ਤਾਂ ਕੁਝ ਦੇਣਗੇ ਵੀ ਨਹੀਂ। ਇਸ ਕਰਕੇ ਤੁਸੀਂ ਦੋਵੇਂ ਇਹ ਕਿਤਾਬ ਪੜੋ ਤੇ ਖੁਸ਼ੀ ਖੁਸ਼ੀ ਵਿਆਹ ਕਰੋ। ਸੁਣ, ਤੂੰ ਦੂਜੀ ਕਿਤਾਬ ਲੈ ਤੇ ਸ਼ੁਰੂ ਕਰ। ਮੈਨੂੰ ਪਤਾ ਮੈਨੂੰ ਕੀ ਕਰਨਾ, ਦੱਸਣ ਦੀ ਲੋੜ ਨਹੀਂ ਤੈਨੂੰ। ਇਹਦੇ ਨਾਲ ਵਿਆਹ ਕਰਨਾ। ਅੰਜੂ ਆ ਕੇ ਵਿਆਹ ਹੁੰਦੀ? ਵਿਆਹ ਦੇ ਬਾਅਦ ਖੁਸ਼ੀ ਦੇ ਅਥਰੂ। ਓ ਬੇਵਕੂਫ, ਜਿਹੜੇ ਹਮੇਸ਼ਾ ਲੜਦੇ ਸੀ, ਇਕੱਠੇ ਵੇਖ ਕੇ ਮੈਨੂੰ ਸਮਝ ਜਾਣਾ ਚਾਹੀਦਾ ਸੀ ਕਿ ਕੋਈ ਗੜਬੜ ਹੈ। ਵਿਆਹ ਸੋਹਣਾ ਤੇ ਵੱਖਰਾ ਸੀ, ਉਹ ਠੀਕ ਹੈ, ਪਰ ਇਸ ਕਿਤਾਬ ਨੂੰ ਪੜ੍ਹਨ ਦੇ ਲਈ ਤੂੰ 25,000 ਲੈ ਮੇਰੇ ਕੋਲੋਂ? ਇਸ ਕਿਤਾਬ ਦੇ ਤਾਂ ਪੈਸੇ ਦਿੱਤੇ ਨਾ ਤੂੰ। ਇਹ ਵਾਲੀ ਤੇ ਮੈਂ ਲਾਇਬ੍ਰੇਰੀ ਚੋਂ ਲਈ ਸੀ, ਘਰ ਜਾਂਦੇ ਹੋਏ ਵਾਪਸ ਕਰਦੀ ਜਾਈ। ਓਏ, ਇਸ ਤੋਂ ਪਹਿਲਾਂ ਕਿ ਇਹਦੇ ਘਰ ਵਾਲੇ ਆ ਕੇ ਤੈਨੂੰ ਮਾਰ ਦੇਣ, ਤੂੰ ਇੱਥੋਂ ਭੱਜ ਜਾ। ਵੈਸੇ ਵੀ ਇੱਕ ਵੱਖਰਾ ਜਿਹਾ ਵਿਆਹ ਸੀ, ਹੁਣ ਹਨੀਮੂਨ ਕਿਵੇਂ ਮਨਾਉਣਾ ਇਹ ਮੈਂ ਕਾਲ ਕਰਕੇ ਦੱਸਾਂਗੀ। ਬਾਏ 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 ਜੀ। ਯਾਰ, ਸਾਡਾ ਕੋਰਸ ਤਾਂ ਖਤਮ ਹੋ ਗਿਆ, ਹੁਣ ਅੱਗੇ ਦਾ ਪਲਾਨ ਕੀ ਹੈ? ਆਪਣੇ ਪਿਓ ਨੂੰ ਫੋਟੋ ਕਲਿੱਕ ਕਰੂੰਗਾ ਜਾਂ ਕੁਝ ਹੋਰ? ਓਏ, ਮੈਂ ਕਿਹੜਾ ਰੋਟੀ ਬਣਾਉਣ ਵਾਲੇ ਦੀ ਕੁੜੀ ਆ ਜਿਹੜਾ ਸਾਰਾ ਦਿਨ ਸਬਜ਼ੀ ਚ ਨਮਕ ਹੈ ਜਾਂ ਨਹੀਂ ਹੈ ਉਹ ਦੱਸਦਾ ਰਵਾਂਗਾ। ਸੁਣ ਮੇਰੇ ਭਰਾਵਾ, ਮੇਰਾ ਨੈਕਸਟ ਸਟਾਪ ਹੈ ਮਲੇਸ਼ੀਆ, ਫਿਰ ਮਾਸਟਰ ਚ ਡਿਗਰੀ ਤੇ ਉਹਦੇ ਬਾਅਦ ਵੱਡਾ ਬਿਜ਼ਨਸ। ਹੇ, ਹੁਣ ਮੈਂ ਦੱਸਾਂਗੀ ਕਿ ਅੱਗੇ ਜਾ ਕੇ ਮੈਂ ਕੀ ਕਰਾਂਗੀ। ਮੈਂ ਕੋਈ ਫੋਟੋਗ੍ਰਾਫਰ ਦਾ ਮੁੰਡਾ ਥੋੜੀ ਆ, ਜੇ ਕੁਝ ਵੀ ਮਿਲੇ ਤਾਂ ਉਹਨੂੰ ਕਲਿੱਕ ਕਰਦੇ ਜਾਓ। ਮੇਰਾ ਨੈਕਸਟ ਸਟਾਪ ਹੈ ਲੰਡਨ, ਹਾਇਰ ਸਟੱਡੀਜ਼, ਹਾਇਸਟ ਇਨਕਮ। ਚਲ ਘੱਟੋ ਘੱਟ ਮਨ ਉਸੇ ਤਾਂ ਦੂਰ ਹੋਏਗੀ। ਕੀ ਕਿਹਾ ਤੂੰ ਭਲਾ? ਮੈਂ ਹੁਣ ਤੈਨੂੰ ਦੱਸਾਂਗਾ ਤੇਰੀ ਪ੍ਰੋਬਲਮ ਕੀ ਹੈ। ਤੇਰੀ ਕੀ ਹੈ? ਮੇਰੀ ਜੋ ਵੀ ਪ੍ਰੋਬਲਮ ਹੋਵੇ ਮੈਂ ਤੈਨੂੰ ਕਿਉਂ ਦੱਸਾਂ? ਤੂੰ ਚੁੱਪ ਕਰਕੇ ਬੈਠ। ਇੱਦਾਂ ਲੱਗ ਰਿਹਾ ਹੈ ਲੰਡਨ 'ਚ ਮਨੋਸਤ ਫੈਲਾ ਕੇ ਆਈ ਹੈ। ਮਲੇਸ਼ੀਆ ਵਾਲਿਆਂ ਨੇ ਲੱਗਦਾ ਇਹਨੂੰ ਬਾਹਰ ਕੱਢ ਦਿੱਤਾ। ਪੈਣ ਬਾਜਾ ਬਰਾਤ ਪਿਕਚਰ ਵੇਖ ਕੇ ਵੈਡਿੰਗ ਪਲੈਨਰ ਬਣਾਉਣ ਦੀ ਸੋਚ ਰਹੀ ਸੀ ਨਾ। ਤੇ ਤੂੰ ਉੱਡਣ ਖਟੋਲਾ ਮੂਵੀ ਦੇਖ ਕੇ ਇਨਸਪਾਇਰ ਹੋਇਆ ਸੀ ਨਾ? ਇਹ ਕੁੜੀ ਨਵੀਂ ਫਿਲਮ ਦੀ ਗੱਲ ਕਰੀ ਹੈ ਜਾਂ ਪੁਰਾਣੀ ਵਾਲੀ? ਓ ਰੱਬਾ, ਮੈਨੂੰ ਬਚਾ ਲੈ, ਪਿਛਲੇ 2 ਸਾਲ ਤੋਂ ਹੀ ਸੇਮ ਐਂਟਰੀ ਤੇ ਮਨ ਦੀ ਆਵਾਜ਼। ਓ, ਇਹਨਾਂ ਨੇ ਸੁਣ ਲਿਆ ਕੀ? ਸੌਰੀ। ਇਹ ਸਾਲ ਪਿਛਲੇ ਸਾਲ ਵਾਂਗੂ ਬਿਲਕੁਲ ਵੀ ਨਹੀਂ ਹੋਏਗਾ ਮਿਸਟਰ। ਬਸ ਤੂੰ ਵੇਖਦਾ ਜਾ ਵਿਆਹ ਦੇ ਆਰਡਰਸ ਕਿਨੂੰ ਜ਼ਿਆਦਾ ਮਿਲਦੇ ਨੇ। ਐਗਜ਼ੈਕਟਲੀ, ਹੁਣ ਤੋਂ ਬਸ ਵੇਖਦੇ ਜਾ। ਸ਼ਿਵੋ, ਪੁੱਤਰੇ ਕਾਫੀ ਲਿਆ। ਸ਼ਿਵੋ, ਜਾ ਜਾ ਕੇ ਚਾਹ ਲੈ ਕੇ ਆ। ਆਇਓ ਰੱਬਾ, ਇਹ ਦੋਵੇਂ ਦੇ ਦੋਵੇਂ ਪਾਗਲ।
सुनो हाँ? जदों तो तुहाडा व्याह मेरे नाल होया है तुहानू एवें लग्या कदे कि तुहाडे तो ज्यादा भी कोई किस्मत वाला हैगा है? हाँ लगता है ना। कौन है वो? ते ओ बंदा जिने तेनू मेरे तो पहला वेख्या ते रिजेक्ट कीता। असी ते जिवें पागल इंसान आ। बोल ओए रुक ते यार, ओए जरा खब्बे मुड़ी ते कंटिन्यू। असी इत्थे वेडिंग प्लानर फिक्स करन लई बिलोरी तो बेंगलोर तक आ गए आ, पर मेरे देवर दे व्याह बारे मेनू ही कुछ नहीं पता है कि ये गल सही है। तुम्हारी डेस्टिनेशन बस 500 मीटर से ही है। ओए चुप हो जा, चले असी हां ते ए साडे तो भी ज्यादा काली विच है। तो तू तेरे बेकार भरा ते भरोसा करन तो ज्यादा मैं शिबू ते भरोसा करूंगा, क्योंकि उसने इस वेडिंग प्लानर दी सिफारिश कीती है ते वेखी ओ जरूर टॉप क्लास दा होएगा। ते तू बेवजह परेशान ना कर, चुपचाप बैठी रह। ओए ऑटो ड्राइवर, असी ऑफिस पहुंच गए हैं, इत्थे ही रुक जा। ऑटो दा किराया सिंगल मीटर ते ड्राइवर दा किराया डबल मीटर। सुनो तू ऑटो नू इत्थे किते पार करके वेट कर, सानू थोड़ा कम आ, असी आउणे। ठीक है सर। हां तू चल। ली वेडिंग प्लानर्स, सन वेडिंग प्लानर्स। पाजी पांच चाप। हेलो बॉस। ओए बेवकूफ कितों दे, कितने रह गया तू? मैं तो डेली चाह लेना आया। ओए एक ही पंगा है, इत्थे एक ही जगह ते दो दो ऑफिस ने, एक ही बकवास है, समझ नहीं आता। दरअसल मिस्त्री दे पिछे एक वड्डी हिस्ट्री है। दरअसल उस जगह दा मालिक कामराज है। एक दिन सवेरे लीला मैम ने उस जगह नू वेख्या ते सोचिया, अरे वाह ए जगह तो सच्ची बहुत वधिया है। ते उन्हां ने ओदो ही कामराज नू एडवांस पेमेंट कर दिती ते ठीक उसे दिन ही दुपहरे संजय सर भी आए ते ओही जगह वेखी ते ओ सोचन लग पए, अरे वाह ए तो जगह कमाल दी है। उन्हां ने भी उस जगह लई एडवांस पेमेंट कर दिता, पर उन्हां ने भी एडवांस दे दिता कामराज दी वहुटी कामकांति नू। तुहानू पता है उस रात कामराज ते कामकांति विच की होया? ओए ओए थू 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 थू, मैं इत्थे ए सब सुन ले नहीं आया हां, तू किथे आया दस? ओए बॉस मेरी पूरी गल तां कंप्लीट होन दे ना। उससे रात कामराज ते कामकांति दा तलाक हो गया ते ओ जगह भी वंडी गई, एडवांस पेमेंट आके मैं इत्थे रहूंगी जां रहूंगा, यही सोच के ओ दोवें उत्थे सेटल हो गए। ए सब तां ठीक है बेवकूफ, मेरे भरा दे व्याह लई केड़ा वेडिंग प्लानर होना चाहिदा है? पहले ए दस मैनू। वेखो सर उन्हें दोवां ने मैनू काम ते रखिया ते दोवें मैनू सैलरी दिंदे ने, ते दोवां विचों तुसी किसे नू भी चुनो। ए तुहाडी मर्जी, मैं फोन रखदा, बाय। ओए 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 फोन ही कट दिता बेवकूफ ने। हाँ सर दसो। ओ माय गॉड थानू मेरा काम इन्ना पसंद आया? तुसी चाहंदे हो थोड़े दस बेटियां दे ब्याह दा वेडिंग प्लानर मैं बणा? ओ क्यों नहीं सर, वाई नॉट, एनू भी कमाल दा करांगा हमेशा दे वांगू। थैंक यू फॉर चूजिंग ली वेडिंग प्लानर्स मैम। सर दूजे नाल कंपेयर करा ता मेरे आइडियाज ज्यादा यूनिक, ज्यादा स्पेशल ते ज्यादा डिफरेंट ने। सर हुन जेड़ा मैं तुहानू कॉन्सेप्ट दसन लगी हां, डेफिनेटली ओ पूरे इंडिया दे विच सब तो वखरा कॉन्सेप्ट होएगा। थोड़े भरा दे व्याह दे लई इस तो वध यूनिक कॉन्सेप्ट कुछ हो ही नहीं सकदा। सर संगीत कैलिफोर्निया च करांगे, हल्दी दे लई असी जर्मनी जावांगे, जयमाला वेगस च, फेरे डेनमार्क च करांगे ते रिसेप्शन लई रशिया जावांगे। ओए वाह 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 वाह, किन्ना फैंटास्टिक आईडिया है। तुसी ये व्याह 5 साल च खत्म करोगे या फिर 10 साल विच मैडम? सर सिर्फ 2 दिन बहुत ने सर, इस कॉन्सेप्ट दा नाम है ग्रीन मैरिज कॉन्सेप्ट। ए व्याह होएगा ग्रीन मैक्स स्टूडियो दे विच ते उत्थे असी सब कुछ चंगी तरह नाल शूट करांगे, फिर ऑनलाइन एडिटिंग च फुल मैजिक करांगे। तुसी जेड़े देश च व्याह करना चाहंदे हो बस दस दो, असी उन्हें अरेंज कर देंगे। फाइनली जदों तुसी सीडी च वेखोगे ना, तुसी पहला उन्हें इत्थे वेखो। बस तुसी ब्रेकिंग न्यूज बन जाओगे सर। ए सीडी सुनकर बिल्कुल सही नहीं लग रहा, बिल्कुल भी नहीं। वेलकम टू सन वेडिंग प्लानर सर। हां हां मैम, वेखो एक गल तो बिल्कुल सही है कि साडा आइडिया सब तो डिफरेंट ते यूनिक है, ते इस गल तो मैनू कोई घमंड नहीं, ते वजह ए है कि दूजे मेरे नाल कंपैरिजन करन दे लायक नहीं है।
मेरा तो लेवल ही बहुत वखरा है। सर, थोड़े भरा दा व्याह लव मैरिज है या अरेंज मैरिज? ओ लव नहीं, अरेंज मैरिज है भरावा। ओए 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 की होया? मंदिर च सिंपल तरीके नाल ब्याह करना, ओदे च तुहानू मजा नहीं आऊगा। ब्याह दे च किक दी लोड होंदी है। एक टाइम दे लई तुसी मैनू अपना भरा समझ लियो। कुछ नहीं तो तला की लाइटर नहीं मेरे को। चला जा, लगता है कुट खा गई मन्नू का। ए बिना खेती कर फुटे जा। ठंड रखो लास्ट पार्ट नू एक बार फिर तो रिमाइंड कर देना। इस बार चंगी तरह इमेजिन करियो। तू ते कमाल है भरावा, मस्त वेडिंग प्लानर है। कसम नाल क्या कमाल दा कंसेप्ट बनाया तूने। तैनू वेडिंग प्लानर दे रूप विच फिक्स कर दिया, पामे किन्ना भी खर्च हो जाए पर व्या कमाल दा टॉप लेवल दा होना चाहिदा। जो भी मैं करदा ओ सब कुछ टॉप ही होंदा है। थैंक यू सो मच फॉर चूजिंग सन वेडिंग प्लानर सर। मैम
ਉਹ ਸੁਣੋ ਮੈਡਮ, ਸਾਡੇ ਸੰਜੇ ਜੀ ਤੋਂ ਕੁਝ ਸਿੱਖੋ, ਕਿੰਨਾ ਮਸਤ ਕਨਸੈਪਟ ਬਣਾਇਆ ਤੇ ਆਪਣੇ ਆਪ ਨੂੰ ਵੇਖੋ, ਹਰੇ ਪਰਦੇ ਤੇ ਵਿਆਹ ਕਰਵਾ ਰਹੀ ਸੀ, ਬੱਚੇ ਆਨਲਾਈਨ ਪੈਦਾ ਕਰਵਾਉਂਦੀ ਕੀ ਬਕਵਾਸ ਕਰਦੀ ਪਈ ਸੀ। ਚਲਦੇ ਆ ਸੰਜੂ ਭਾਜੀ, ਚਲਦੇ ਆ ਸ਼ਿਵੂ, ਹੁਣ ਚੱਲ ਕਿਤੇ ਤੂੰ ਵੀ ਇਹਦੇ ਵਰਗੀ ਨਾ ਹੋ ਜਾਈ। ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ। ਸ਼ਿਵੂ, ਮੇਰੇ ਅਗਲੇ 7 ਮਹੀਨੇ ਤੋਂ ਪੂਰੇ ਪੈਕ ਹੋ ਗਏ ਯਾਰ। ਅੱਛਾ। ਓਏ ਸ਼ਿਵੂ, ਕਿਸਮਤ ਵੀ ਬੜੀ ਬਦਨਸੀਬ ਹੁੰਦੀ ਹੈ ਯਾਰ। ਅਫਸੋਸ ਦੀ ਗੱਲ ਹੈ, ਜਿਹੜੀ ਗਲਤੀ ਨਾਲ ਉਹਨੂੰ ਚਪਕ ਗਈ। ਵੇਖ ਪੁੱਤਰਾ, ਇਹ ਕੋਈ ਫਲੂਕ ਨਹੀਂ ਹੈ, ਇਹ ਫੈਕਟ ਹੈ। ਮੈਂ ਬਹੁਤ ਮਿਹਨਤ ਕੀਤੀ ਹੈ। ਸ਼ਿਵੂ ਸ਼ਿਵੂ, ਸੱਪ ਤੇ ਸੀਡੀ ਦਾ ਖੇਡ ਸੁਣਿਆ ਹੈ ਨਾ? ਇੱਕ ਵਾਰ ਸੱਪ ਜਦੋਂ ਵੱਢ ਲੈਂਦਾ ਹੈ ਨਾ, ਤਾਂ ਸਿੱਧਾ ਥੱਲੇ ਹੀ ਆਉਂਦਾ ਹੈ ਤੇ ਫਿਰ ਥੱਲੇ ਵਾਲਾ ਦੁਬਾਰਾ ਚੈਲੰਜ ਐਕਸੈਪਟ ਕਰਕੇ ਟੌਪ ਤੇ ਆ ਜਾਂਦਾ ਹੈ। ਜਾਣਦਾ ਹੈ ਨਾ? ਹਾਂ ਪਤਾ ਹੈ। ਸ਼ਿਵੂ, ਇਹ ਦੀ ਕੁੜੀ ਜਿਹੜੀ ਮੈਨੂੰ ਚੈਲੰਜ ਕਰਕੇ ਜਿੱਤ ਜਾਊ, ਉਹ ਇਸ ਧਰਤੀ ਤੇ ਪੈਦਾ ਹੀ ਨਹੀਂ ਹੋਈ ਆ। ਸ਼ਿਵੂ, ਇਸ ਇਡੀਟ ਨੂੰ ਦੱਸ ਦੇ, ਮੈਂ ਇਹਦੇ ਸਾਹਮਣੇ ਹੀ ਖੜੀ ਆ। ਓਏ, ਤੂੰ ਮੇਰੇ ਨਾਲ ਲੜਨਾ ਚਾਹੁੰਦੀ ਹੈਗੀ? ਹਾਂ ਬਿਲਕੁਲ ਲੜਨਾ ਚਾਹੁੰਦੀ ਆ। ਤੁਹਾਡੀ ਚਿੰਤਾ ਕਿਸੇ ਦੇ ਪਿਆਰ ਦੇ ਅੱਗੇ ਨਹੀਂ ਆਉਣੀ ਚਾਹੀਦੀ। ਵਾਪਸ ਦਿਓ ਇਹਨੂੰ। ਓਕੇ ਸਰ। ਸੁਰੱਖਿਆ ਦੇ ਲਈ ਇਹ ਸਭ ਕਰਨਾ ਪੈਂਦਾ। ਜੀ ਸਰ। ਵੈਲਕਮ ਸਰ, ਥੈਂਕ ਯੂ ਸੋ ਮਚ ਫਾਰ ਕਮਿੰਗ। ਪਲੇਜ਼ਰ ਇਜ਼ ਆਲ ਮਾਈ। ਦਿਸ ਵੇ ਸਰ। ਸਰ ਪਲੀਜ਼। ਸਤਿ ਸ਼੍ਰੀ ਅਕਾਲ। ਹਾਂ ਤੇ ਸ਼ੁਰੂ ਕਰੀਏ। ਹਾਂਜੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਵੋਤਮ ਰਾਏ ਤੇ ਮੈਂ ਵੱਖਰੇ ਵੱਖਰੇ ਰਾਜਨੀਤਿਕ ਦਲਾਂ ਤੋਂ ਹਾਂ। ਅਸੀਂ ਬਚਪਨ ਤੋਂ ਦੋਸਤ ਹਾਂ। ਇਸ ਦੋਸਤੀ ਨੂੰ ਹੋਰ ਵੀ ਮਜ਼ਬੂਤ ਬਣਾਉਣ ਦਾ ਵਕਤ ਆ ਗਿਆ ਹੈ। ਤੁਸੀਂ ਕੰਟੀਨਿਊ ਕਰੋਗੇ? ਜ਼ਰੂਰ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਪਈ ਹੈ ਕਿ ਮੇਰੀ ਧੀ ਸੀਰੀ ਤੇ ਲਲਿਤ ਚੰਦਰ ਬਾਬੂ ਦੇ ਪੁੱਤਰ ਲੰਬੋਦਰ, ਇਹਨਾਂ ਦੋਵਾਂ ਦਾ ਵਿਆਹ ਕਰਨ ਦਾ ਅਸੀਂ ਫੈਸਲਾ ਕੀਤਾ ਹੈ। ਬਹੁਤ ਛੇਤੀ ਹੀ ਸੀਰੀ ਤੇ ਲੰਬੋਦਰ ਦਾ ਵਿਆਹ ਤੁਸੀਂ ਸਾਰੇ ਵੇਖੋਗੇ। ਅਸੀਂ ਇਹਨੂੰ ਇੱਕ ਬ੍ਰੇਕਿੰਗ ਨਿਊਜ਼ ਦੀ ਬਜਾਏ ਇੱਕ ਸਰਪ੍ਰਾਈਜ਼ਿੰਗ ਗੁੱਡ ਨਿਊਜ਼ ਵੀ ਕਹਿ ਸਕਦੇ ਹਾਂ। ਵਿਪਕਸ਼ ਦੇ ਨੇਤਾ ਲਲਿਤ ਚੰਦਰ ਬਾਬੂ ਤੇ ਸਿੱਖਿਆ ਮੰਤਰੀ ਸਰਵੋਤਮ ਰਾਏ ਨੇ ਦੋਵਾਂ ਨੇ ਆਪਣੇ ਬੱਚਿਆਂ ਦਾ ਵਿਆਹ ਕਰਨ ਦਾ ਫੈਸਲਾ ਕੀਤਾ। ਕਿਸੇ ਵੀ ਵੱਡੀ ਵੈਡਿੰਗ ਪਲੈਨਰ ਨਾਲ ਗੱਲ ਨਹੀਂ ਕਰਨੀ ਤੇ ਫਾਲਤੂ ਖਰਚਾ ਨਹੀਂ ਕਰਨਾ, ਇਹ ਇਸ ਵਿਆਹ ਦੀ ਖਾਸੀਅਤ ਹੈ। ਸ਼ਾਂਤੀ ਦੇ ਨਾਲ ਵਿਆਹ ਕਰਨ ਦੇ ਇਸ ਫੈਸਲੇ ਦੇ ਨਾਲ ਇਹ ਲੀਡਰਸ ਸਾਡੇ ਸਟਾਰਟਅਪ ਨੂੰ ਇੱਕ ਸ਼ਾਨਦਾਰ ਮੌਕਾ ਵੀ ਦਿੰਦੇ ਨੇ। ਇਸ ਕਰਕੇ ਇੱਥੇ ਮੌਜੂਦ ਸਟਾਰਟਅਪ ਵੈਡਿੰਗ ਪਲੈਨਰ ਸ਼੍ਰੀ ਲੰਬੋਦਰ ਦੇ ਵਿਆਹ ਦੇ ਲਈ ਸਿੰਪਲ ਤੇ ਸਪੈਸ਼ਲ ਆਈਡੀਆਜ਼ ਲੈਕਰ ਆਇਓ ਤੇ ਆਪਣੇ ਲਿਖਿਤ ਪ੍ਰਸਤਾਵ ਭੇਜੋ। ਜੇ ਉਹਨਾਂ ਨੂੰ ਪ੍ਰਸਤਾਵ ਪਸੰਦ ਆਇਆ ਤੇ ਉਹ ਤੁਹਾਨੂੰ ਡਾਇਰੈਕਟ ਸਿਲੈਕਟ ਕਰਨਗੇ। ਕੰਗ੍ਰੈਚੁਲੇਸ਼ਨਸ ਲੀਲਾ, ਤੁਸੀਂ ਸਿਲੈਕਟ ਹੋ ਗਏ ਹੋ। ਸਾਨੂੰ ਸਾਰਿਆਂ ਨੂੰ ਤੁਹਾਡੇ ਆਈਡੀਆਜ਼ ਪਸੰਦ ਆਏ ਨੇ। ਥੈਂਕ ਯੂ ਸੋ ਮਚ ਸਰ, ਤੁਸੀਂ ਇੱਥੇ ਤੱਕ ਆਏ ਉਹਦੇ ਲਈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਸਰ ਦਾ ਨੇਚਰ ਹੈ ਮੈਡਮ, ਉਹ ਤੁਹਾਨੂੰ ਸਿਰਫ ਫੋਨ ਕਰ ਸਕਦੇ ਸੀ ਪਰ ਉਹ ਆਪ ਇੱਥੇ ਆਏ ਨੇ ਤੁਹਾਨੂੰ ਬਲੈਸਿੰਗ ਦੇਣ ਲਈ। ਥੈਂਕ ਯੂ ਸਰ। ਸਰ,
ਤੁਹਾਡਾ ਪਾਵਰ, ਸਟੇਟਸ ਤੇ ਨੈਟਵਰਕ, ਇੱਥੋਂ ਤੱਕ ਕਿ ਸਭ ਤੋਂ ਵੱਡੇ ਵੈਡਿੰਗ ਪਲੈਨਰਸ ਵੀ ਇਸ ਵਿਆਹ ਨੂੰ ਫ੍ਰੀ ਚ ਕਰਨ ਲਈ ਰਾਜ਼ੀ ਹੋ ਗਏ ਹੋਣਗੇ। ਇਹਦੇ ਬਾਵਜੂਦ ਤੁਸੀਂ ਸਾਡੇ ਵਰਗੀ ਸਟਾਰਟਅਪ ਕੰਪਨੀ ਨੂੰ ਮੌਕਾ ਦੇ ਰਹੇ ਹੋ। ਇਟਸ ਅ ਗ੍ਰੇਟ ਥਿੰਗ ਸਰ। ਜਦੋਂ ਤੁਸੀਂ ਟੌਪ ਤੇ ਹੁੰਦੇ ਹੋ ਤੁਸੀਂ ਆਪਣੇ ਬਰਾਬਰੀ ਵਾਲਿਆਂ ਨਾਲ ਹੀ ਡੀਲ ਕਰਦੇ ਹੋ, ਪਰ ਟੌਪ ਤੇ ਹੋ ਕੇ ਵੀ ਜਿਹੜਾ ਨਵੇਂ ਲੋਕਾਂ ਦੀ ਮਦਦ ਕਰਦਾ ਉਹ ਹੀ ਸੱਚਾ ਨੇਤਾ। ਚੱਲਦਾ। ਥੈਂਕ ਯੂ ਸਰ। ਮੈਡਮ ਪਲੀਜ਼ ਕੱਲ ਸਵੇਰੇ 10 ਵਜੇ ਸਰ ਦੇ ਘਰ ਆ ਜਾਓ, ਮੀਟਿੰਗ ਫਿਕਸ ਹੈ। ਪਲੀਜ਼ ਬੀ ਔਨ ਦ ਟਾਈਮ, ਦੇਰ ਨਾ ਕਰਿਓ। ਓਕੇ ਸਰ। ਲਲਿਤਾ ਚੰਦਰਾ ਬਾਬੂ ਦੀ ਜੈ, ਲੀਲਾ ਮੈਡਮ ਦੀ ਜੈ, ਲਲਿਤਾ ਚੰਦਰਾ ਬਾਬੂ ਦੀ ਜੈ, ਲੀਲਾ ਮੈਡਮ ਦੀ ਜੈ। ਬਸ ਵੀ ਕਰ ਛੋਟੂ। ਓਏ ਛੋਟੂ, ਕੀ ਹੋਇਆ ਛੋਟੂ? ਤੈਨੂੰ ਇੱਕ ਨਿੱਕੀ ਜਿਹੀ ਬਿਜ਼ਨਸ ਡੀਲ ਮਿਲੀ ਤਾਂ ਵੀ ਤੂੰ ਐਵੇਂ ਦਿਖਾ ਰਿਹਾ ਸੀ ਜਿਵੇਂ ਤੈਨੂੰ ਬਹੁਤ ਵੱਡੀ ਡੀਲ ਮਿਲ ਗਈ। ਇਹ ਨਿੱਕੀਆਂ ਮੋਟੀਆਂ ਡੀਲਸ ਤਾਂ ਤੂੰ ਹੀ ਕਰ, ਵੱਡੀਆਂ ਡੀਲਸ ਤੇ ਮੈਨੂੰ ਹੀ ਮਿਲਣਗੀਆਂ। ਓਏ ਸ਼ਿਵੂ, ਆਪਣੇ ਆਪ ਨੂੰ ਬਿਜ਼ਨਸਮੈਨ ਆਖਣਾ ਹੀ ਕਾਫੀ ਨਹੀਂ ਹੁੰਦਾ, ਇਹਨੂੰ ਪ੍ਰੂਫ ਕਰਨ ਦੀ ਕਪੈਸਿਟੀ ਵੀ ਹੋਣੀ ਚਾਹੀਦੀ ਹੈ। ਜੇ ਕੋਈ ਵੀ ਮੈਨੂੰ ਐਵੇਂ ਚੈਲੰਜ ਕਰੇਗਾ ਨਾ ਉਹਦਾ ਹਸ਼ਰ ਹੀ ਹੋਣਾ ਹੈ। ਕੀ ਆਖਿਆ ਸੀ? ਤੇਰਾ 7 ਮਹੀਨਿਆਂ ਦਾ ਪਲਾਨ ਸੈੱਟ ਹੋ ਗਿਆ ਨਾ? ਜੇ ਇਹ ਇੱਕ ਵਿਆਹ ਹੋ ਗਿਆ ਤਾਂ ਮੇਰੇ 7 ਸਾਲ ਸੈੱਟ ਹੋ ਜਾਣਗੇ, ਯਾਦ ਰੱਖੀ। ਹੁਣ ਟ੍ਰੈਂਡਿੰਗ ਚ ਨੇ ਸਿੱਖਿਆ ਮੰਤਰੀ ਸਰਵੋਤਮ ਰਾਏ ਦੀ ਧੀ ਸੀਰੀ ਤੇ ਵਿਪਕਸ਼ੀ ਨੇਤਾ ਲਲਿਤ ਚੰਦਰ ਬਾਬੂ ਦੇ ਪੁੱਤਰ ਲੰਬੋਦਰ। ਸੀਰੀ ਲੰਬੋਦਰ ਵਿਆਹ ਇਸ ਦੀ ਹੌਟ ਨਿਊਜ਼। ਲੀਲਾ ਵੈਡਿੰਗ ਪਲੈਨਰ ਨੂੰ ਇਹ ਡੀਲ ਮਿਲੀ ਹੈ। ਸੋ ਵਿਸ਼ਿੰਗ ਲੀਲਾ ਆਫ ਲੀ ਵੈਡਿੰਗ ਪਲੈਨਰ ਆਲ ਦ ਵੈਰੀ ਬੈਸਟ। ਆਰ ਨੈਕਸਟ ਸੌਂਗ ਇਜ਼ ਡੈਡੀਕੇਟਿਡ ਟੂ ਸੀਰੀ ਐਂਡ ਲੰਬੋਦਰ। ਆ ਵੇਖੋ ਵਧੀਆ ਨਾ, ਮੈਂ ਝੂਠ ਨਹੀਂ ਬੋਲ ਰਿਹਾ, ਵੇਖੋ। ਓ ਲੀਲਾ, ਅੰਦਰ ਆ ਜਾ। ਤੂੰ ਦੱਸਿਆ ਨੀ ਇਹਦੇ ਹੀ ਆਫਿਸ ਚ ਕੰਮ ਕਰਦੀ ਏ? ਓਏ ਤੂੰ ਉੱਥੇ ਕਿਉਂ ਖੜੀ ਏ? ਅੰਦਰ ਆ ਜਾ ਪਲੀਜ਼। ਅੱਜ ਅੰਕਲ ਮਣੀ ਦੇ ਦੱਸਣ ਤੋਂ ਬਾਅਦ ਹੀ ਪਤਾ ਲੱਗਿਆ ਕਿ ਇਹ ਨਾਗ ਨਗਿੰਦਰ ਦਾ ਮੁੰਡਾ ਹੈ। ਨਾਗ ਨਗਿੰਦਰ ਸਾਡੇ ਸਾਰਿਆਂ ਦੇ ਬਹੁਤ ਹੀ ਕਰੀਬੀ ਸੀ। ਮੈਂ ਤਾਂ ਇਹਨੂੰ ਉਦੋਂ ਵੇਖਿਆ ਸੀ ਜਦੋਂ ਇਹ ਡਾਇਪਰ ਪਾਉਂਦਾ ਸੀ। ਕੀ ਵੇਖਿਆ ਸੀ? ਏ ਨੋਟੀ ਬੁਆਏ, ਸ਼ਾਂਤ ਰਹਿ। ਤੈਨੂੰ ਫੋਟੋਜ਼ ਤੋਂ ਇੰਨੀ ਨਫ਼ਰਤ ਹੈ ਤੇ ਇਹਦੇ ਪਿਤਾ ਜੀ ਫੋਟੋਗ੍ਰਾਫਰ ਸੀ, ਤੇ ਫਿਰ ਤੁਸੀਂ ਦੋਵੇਂ ਕਲੋਜ਼ ਫਰੈਂਡ ਕਿੰਜ ਹੋ? ਉਹ ਤਾਂ ਪਹਿਲੀ ਤੇ ਜ਼ਰੂਰੀ ਗੱਲ, ਮੈਂ ਇਸ ਦੇ ਫਾਲਤੂ ਆਫਿਸ 'ਚ ਕੰਮ ਨਹੀਂ ਕਰਦੀ ਸਰ। ਸਰ ਵੇਖੋ, ਪਹਿਲਾਂ ਹੀ ਦੱਸਿਆ ਸੀ ਇਵੇਂ ਦੇ ਬਹੁਤ ਬੰਦੇ ਨੇ ਜਿਹੜੇ ਮੇਰੇ ਤੋਂ ਬਹੁਤ ਸੜਦੇ ਨੇ, ਇਹ ਉਹਨਾਂ ਵਿੱਚੋਂ ਇੱਕ ਹੈ। ਸਰ ਹੁਣੇ ਮੈਂ ਚੱਲਦਾ। ਬਾਏ ਦ ਵੇ, ਤੁਹਾਨੂੰ ਵਿਆਹ ਦੇ ਲਈ ਲੋਕਰ 'ਚੋਂ ਗੋਲਡ ਚਾਹੀਦਾ ਸੀ ਨਾ, ਉਹਦੇ ਲਈ ਕਦੋਂ ਆਓਗੇ ਸਰ? ਅੱਜ ਹੀ ਭੇਜ ਦੇ। ਚੰਨਾ ਜੀ ਸਰ, ਤੁਸੀਂ ਆਪੇ ਹੀ ਆ ਜਾਂਦੇ ਤੇ ਵਧੀਆ ਹੁੰਦਾ ਸਰ। ਓਏ ਮੈਨੇਜਰ, ਕਿੰਨੇ ਸਾਲਾਂ ਤੋਂ ਤੂੰ ਮੇਰੇ ਨਾਲ ਹੈ? ਤੁਸੀਂ ਤਾਂ ਮੇਰਾ ਟ੍ਰਾਂਸਫਰ ਕਰਵਾਇਆ ਸੀ ਸਰ, 5 ਮਹੀਨੇ ਹੋਏ ਨੇ। ਇਹ ਇੱਥੇ 15 ਸਾਲਾਂ ਤੋਂ ਮੇਰੇ ਨਾਲ ਹੈ। ਚਲੋ ਚੱਲਦਾ ਹਾਂ ਸਰ। ਕੀ ਡਿਸਕਸ ਕਰ ਰਹੇ ਸੀ? ਹੈਲੋ, ਐਵੇਂ ਦੀ ਗੱਲ ਹੈ? ਠੀਕ ਹੈ, ਅਸੀਂ ਆਉਂਦੇ ਹਾਂ। ਗੁਰੂ ਜੀ ਨੇ ਕੋਈ ਗੱਲ ਕਰਨੀ ਹੈ ਤਾਂ ਫਿਰ ਚੱਲੀਏ। ਹਾਂ ਅੰਕਲ ਮਣੀ, ਹਾਂ ਇਹਨਾਂ ਨੂੰ ਸਭ ਕੁਝ ਐਕਸਪਲੇਨ ਕਰ ਦਿਓ। ਭਾਜੀ, ਇਹ ਸਾਰੇ ਵਿਆਹ ਦੀ ਪਲੈਨਿੰਗ ਸੰਜੇ ਕਰੇਗਾ ਜਾਂ ਫਿਰ ਇਹ ਕੁੜੀ?
ਇਹ ਦੋਵੇਂ ਦੋਵਾਂ ਨੂੰ ਇਕੱਠੇ ਕਰਨ ਦੇ। ਤੈਨੂੰ ਸਭ ਕੁਝ ਸਮਝ ਚ ਆ ਗਿਆ ਨਾ, ਇਹ ਇੱਕ ਸੁਨਹਿਰੀ ਮੌਕਾ ਏ, ਇਹਨੂੰ ਚੰਗੀ ਤਰ੍ਹਾਂ ਇਸਤੇਮਾਲ ਕਰੋ। ਤੁਸੀਂ ਦੋਵਾਂ ਨੇ ਜਿਹੜਾ ਪਹਿਲਾਂ ਪ੍ਰਪੋਜ਼ਲ ਜਮ੍ਹਾਂ ਕੀਤਾ ਸੀ ਉਹਨੂੰ ਭੁੱਲ ਜਾਓ, ਦੋਵੇਂ ਇਕੱਠੇ ਕੁਝ ਨਵਾਂ ਲੈ ਕੇ ਆਓ। ਸਾਡੇ ਲੰਬੋਡਰ ਦੀ ਆਸ ਹੈ ਇਸੇ ਮੰਡਪ ਵਿੱਚ ਵਿਆਹ ਕਰਨ ਦੀ, ਸਮਝ ਗਏ? ਸੁਪਰਬ ਅੰਕਲ, ਅੰਕਲ ਫਰੈਸ਼ ਤਰੀਕੇ ਨਾਲ ਇਹਨੂੰ ਬਹੁਤ ਸੋਹਣਾ ਬਣਾਵਾਂਗੇ। ਹਾਂ ਅੰਕਲ, ਇਹਦੇ ਬਾਈ ਆਈਡੀਆਜ਼ ਤੋਂ ਵਧੀਆ ਹੈ ਕਿ ਅਸੀਂ ਨਵੇਂ ਸਿਰੇ ਤੋਂ ਸ਼ੁਰੂ ਕਰੀਏ। ਤੇਰੇ ਆਈਡੀਆ ਫਲੌਪ ਹੁੰਦੇ ਨੇ, ਬੇਕਾਰ ਹੈ। ਓਏ ਚੁੱਪ ਹੋ ਜਾਓ, ਆਪਣੀਆਂ ਇਹ ਬਚਕਾਨੀਆਂ ਹਰਕਤਾਂ ਛੱਡੋ ਤੇ ਇਹਨੂੰ ਸੀਰੀਅਸਲੀ ਲਓ। ਦੁੱਖ ਵਾਲੀ ਗੱਲ ਹੈ ਕਿ ਸਿਰੀ ਤੇ ਲੰਬੋਡਰ ਦੋਵਾਂ ਨੇ ਆਪਣੀ ਮਾਂ ਨੂੰ ਗਵਾ ਲਿਆ ਏ। ਵਿਆਹ ਦੀਆਂ ਸਾਰੀਆਂ ਰਸਮਾਂ ਪਰੰਪਰਾ ਦੇ ਨਾਲ ਹੋਣੀਆਂ ਚਾਹੀਦੀਆਂ ਨੇ। ਲਲਿਤ ਚੰਦਰ ਬਾਬੂ ਤੇ ਸਰਵੋਤਮ ਰਾਏ ਅਚਿੰਤਯ ਗੁਰੂ ਜੀ ਦੇ ਕੱਟੜ ਭਗਤ ਨੇ, ਤੁਹਾਡਾ ਪ੍ਰਪੋਜ਼ਲ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੇਕਰ ਉਹ ਮਨਜ਼ੂਰੀ ਦੇਣਗੇ ਤਦ ਹੀ ਤੁਹਾਡੇ ਆਈਡੀਆਜ਼ ਨੂੰ ਮੰਨਿਆ ਜਾਵੇਗਾ, ਸਮਝ ਗਏ? ਇਸ ਦੇ ਬਾਰੇ ਧਿਆਨ ਨਾਲ ਸੋਚੋ। ਸ਼ੋਰ ਅੰਕਲ, ਹੁਣ ਤੁਹਾਡੀ ਜ਼ਿੰਮੇਦਾਰੀ ਸਾਡੀ ਜ਼ਿੰਮੇਦਾਰੀ ਹੈ, ਤੁਸੀਂ ਫਿਕਰ ਨਾ ਕਰੋ। ਅੰਕਲ ਹੁਣ ਅਸੀਂ ਚੱਲਦੇ ਹਾਂ। ਹੈਲੋ, ਠੀਕ ਹੈ ਤੁਸੀਂ ਜਾਓ। ਓਏ ਉੱਥੇ ਕੋਈ ਫੋਟੋ ਨਹੀਂ ਲਿਆ ਜਾਵੇਗਾ, ਮੈਨੂੰ ਇਹ ਫੋਟੋ ਫਲੈਸ਼ ਤੋਂ ਨਫ਼ਰਤ ਹੈ। ਲੀਲਾ, ਲੀਲਾ ਓਏ ਰੁਕ ਤੇ ਜਾ। ਲੀਲਾ ਓਏ, ਲੀਲਾ ਭਾਵ ਖਾਂਦੀ ਪਈ ਹੈ। ਵੈਸੇ ਤੁਹਾਨੂੰ ਕੁੜੀਆਂ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ? ਕਾਈਂਡਲੀ ਐਕਸਪਲੇਨ। ਤੈਨੂੰ ਸ਼ਰਮ ਨਹੀਂ ਆਉਂਦੀ ਨਾ? ਏ ਲੀਲਾ, ਮੇਰੇ ਨਾਲ ਗੱਲ ਵੀ ਨਾ ਕਰ। ਮੈਂ ਇਸ ਪ੍ਰਪੋਜ਼ਲ ਦੇ ਲਈ ਦਿਨ ਰਾਤ ਮਿਹਨਤ ਕੀਤੀ, ਸੋਚਿਆ ਸਮਝਿਆ ਬਹੁਤ ਕੁਝ ਕੀਤਾ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇੱਕ ਵਿਆਹ ਮੇਰਾ ਕਰੀਅਰ ਪੂਰੀ ਤਰ੍ਹਾਂ ਨਾਲ ਬਦਲ ਦੇਗਾ। ਵੇਖ ਲੀਲਾ, ਤੂੰ ਕੁਝ ਜ਼ਿਆਦਾ ਹੀ ਸੋਚ ਰਹੀ ਹੈ। ਤੂੰ ਪੈਸੇ ਦੀ ਕੀਮਤ ਨਹੀਂ ਜਾਣਦਾ? ਹਾਂ, ਜੋ ਮੇਰੇ ਪਾਪਾ ਨੇ ਕੀਤਾ ਉਹਨੂੰ ਮੈਂ ਫੇਸ ਨਹੀਂ ਕਰਨਾ ਚਾਹੁੰਦੀ, ਇਸ ਕਰਕੇ ਮੈਂ ਸੰਭਲ ਕੇ ਰਹਿੰਦੀ ਹਾਂ। ਪਰ ਤੂੰ ਤੇ ਮੇਰਾ ਕਰੀਅਰ ਹੀ ਬਰਬਾਦ ਕਰਤਾ। ਓਏ, ਮੈਨੂੰ ਫਿਰ ਕਦੇ ਵੀ ਆਪਣਾ ਚਿਹਰਾ ਨਾ ਦਿਖਾਈ। ਠੀਕ ਹੈ ਲੀਲਾ, ਪਰ ਇੱਕ ਵਾਰੀ ਮੇਰੀ ਗੱਲ ਤਾਂ ਸੁਣ। ਲੀਲਾ, ਲੀਲਾ ਤੂੰ ਜਿਵੇਂ ਤਾਂ ਸੋਚਦੀ ਓਦਾਂ ਦਾ ਕੁਝ ਵੀ ਨਹੀਂ ਹੈ। ਹੈਲੋ, ਕਿਆ ਮਿਸਟਰ ਸੰਜੇ, ਤੁਸੀਂ ਮੇਰੇ ਨਾਲ ਪਰਸੋਂ ਫੋਟੋ ਸ਼ੂਟ ਤੈਅ ਕੀਤਾ ਸੀ ਨਾ? ਹਾਂ ਸਰ, ਸਭ ਕੁਝ ਫਿਕਸ ਹੋ ਗਿਆ ਹੈ। ਸ਼ਾਰਪ ਸਵੇਰੇ 10 ਵਜੇ ਤੁਸੀਂ ਲੋਕੇਸ਼ਨ ਤੇ ਪਹੁੰਚ ਜਾਇਓ। ਠੀਕ ਹੈ, ਠੀਕ ਹੈ। ਵੈਸੇ ਫੋਟੋਗ੍ਰਾਫਰ ਦਾ ਨਾਂ ਕੀ ਹੈ? ਸੇ ਚੀਜ਼ ਇਹ ਸਭ ਵੈਸਟਰਨ ਹੈ, ਮੈਂ ਇੱਕ ਸੱਚਾ ਨਾਰਥ ਇੰਡੀਅਨ ਹਾਂ। ਸੇ ਚਕਲੀ। ਹਾਂ ਹਾਂ, ਠੀਕ ਹੈ ਠੀਕ ਹੈ ਠੀਕ ਹੈ। ਰੈਡੀ? ਹਾਂ। ਓਏ ਚਮਚੇ, ਚਮੇਲੀ, ਚਮਚਾ ਹੋ ਜਾ ਚਮੇਲੀ। ਫੋਟੋ ਚੰਗੀ ਤਰ੍ਹਾਂ ਖਿੱਚੀ। ਓਏ ਕੌਣ ਹੈ ਬੰਦਾ ਕਾਲੇ ਕਾਂ ਵਰਗਾ? ਓਏ ਹਾਂ, ਉਹ ਛੱਡੋ ਨਾ ਤੁਸੀਂ ਉਹਨੂੰ, ਚਲੋ ਆਪਾਂ ਸਾਰੇ ਸੈਲਫੀ ਲੈਨੇ ਆ। ਸਰ ਪਲੀਜ਼ ਥੋੜਾ ਚੰਗੀ ਤਰ੍ਹਾਂ ਨਾਲ ਪੋਜ਼ ਦਿਓ। ਕੱਲ ਰਾਤ ਮੈਂ ਵਟਸਐਪ ਤੇ ਪੋਜ਼ ਦੇਣ ਦਾ ਤਰੀਕਾ ਦੱਸਿਆ ਸੀ ਨਾ? ਮੈਨੂੰ ਨਹੀਂ ਤਾਂ ਇਹਨਾਂ ਨੇ ਮੈਨੂੰ ਟੈਕਸਟ ਕੀਤਾ ਸੀ। ਅਸਿਸਟੈਂਟ? ਹਾਂਜੀ ਸਰ। ਚਲ ਬਲੌਕ ਕਰ। ਓਏ ਖੋਲ ਤੇ ਬਲੌਕ ਕਰ। ਓਏ ਮੇਰਾ ਮਤਲਬ ਇਹਨੂੰ, ਬੇਵਕੂਫ ਬੰਦਾ। ਸੇ ਚਕਲੀ। ਓਏ ਵੇਖ ਯਾਰ, ਇਹ ਕਿੰਨਾ ਖਰਾਬ ਪੋਜ਼ ਦਿੰਦਾ ਪਿਆ। ਕੋਈ ਗੱਲ ਨਹੀਂ ਸਰ, ਮੈਨੇਜ ਕਰ ਲਓ, ਸ਼ਕਲੀ ਮੇਰੀ ਹੈ। ਅਸਿਸਟੈਂਟ ਹਾਂਜੀ, ਪੜੋ ਇਹਨੂੰ। ਓਕੇ ਸਰ। ਮਿਸਟਰ ਤੈਨੂੰ ਰੋਮਾਂਟਿਕ ਹੋਣਾ ਪਏਗਾ, ਆਪਣੀਆਂ ਫੀਲਿੰਗਸ ਵਿਖਾ, ਜਾ ਉੱਥੇ ਜਾ ਕੇ ਖੜਾ ਹੋ ਜਾ। ਹੈਲੋ ਏ ਹੀਰੋ, ਓਏ ਇੱਧਰ ਵੇਖ, ਤੂੰ ਮੈਨੂੰ ਵੇਖਣਾ ਹੈ ਤੇ ਬਾਅਦ ਚ ਓਵੇਂ ਹੀ ਕਰਨਾ ਹੈ, ਸਮਝਿਆ? ਹਾਂ ਹਾਂ। ਚਲਾ ਜਾ ਬੇਵਕੂਫ।
ਇੱਥੇ ਖੜੇ ਹੋ ਕੈਮਰਾ ਤੇ। ਓਏ ਇਹਨਾਂ ਦੋਵਾਂ ਵਿੱਚ ਕੁਝ ਵੀ ਨਹੀਂ ਹੋ ਸਕਦਾ। ਸਹੀ ਕਿਹਾ, ਇਹ ਸਾਰੇ ਕਿਸੇ ਕੰਮ ਦੇ ਨਹੀਂ ਹੈਗੇ। ਸਰ ਕੁਝ ਹੋਰ ਡਿਫਰੈਂਟ ਐਕਸਾਈਟਿੰਗ ਟ੍ਰਾਈ ਕਰੀਏ। ਅਸਿਸਟੈਂਟ। ਹਾਂਜੀ ਸਰ। ਲੋਕੇਸ਼ਨ ਸ਼ਿਫਟ ਆਲਰੇਡੀ ਹੋ ਗਈ ਹੈ ਸਰ। ਓਏ ਰੱਬਾ, ਇਟਸ ਅ ਫਾਸਟ ਐਂਡ ਫਿਊਰੀਅਸ। ਸਰ ਸੰਜੂ ਕੀ ਅਸੀਂ ਸ਼ੁਰੂ ਕਰੀਏ? ਸ਼ੁਰੂ ਕਰਦੇ ਨਾ ਸਰ। ਰੈਡੀ? ਓਏ ਯਾਰ ਇਹ ਮੇਰੇ ਤੋਂ ਨਹੀਂ ਹੋਣਾ ਯਾਰ। ਪਾਜੀ ਥੋੜਾ ਬੰਦੇ ਵਾਂਗੂ ਪੋਜ਼ ਕਰੋ ਨਾ। ਓਏ ਮਿਸਟਰ ਚਮੇਲੀ, ਤੁਸੀਂ ਉਹਨਾਂ ਨੂੰ ਕੀ ਆਖਿਆ? ਉੱਥੇ ਵੇਖੋ। ਓਏ ਉਹ ਤੇਰੀ ਕੀ ਖੂਨ? ਤੇਰੇ ਬੁੱਲਾ ਤੇ ਲਵ ਬਾਈਟ ਨਾਲ ਖੂਨ ਨਿਕਲਣਾ ਚਾਹੀਦਾ ਹੈ, ਪਰ ਕੰਡਾ ਵੱਜਣ ਨਾਲ ਖੂਨ ਨਿਕਲ ਰਿਹਾ ਹੈ। ਹਾਂ, ਤੂੰ ਉੱਥੇ ਜਾ ਕੇ ਆਬਜ਼ਰਵ ਕਰ, ਇਹ ਕਿਵੇਂ ਕਰਦੇ ਆ ਇਹ ਮੈਂ ਦੱਸਦਾ। ਵੇਟ, ਜਾ ਗੁਲਾਬੋ, ਰੈਡੀ ਹੈ ਨਾ? ਰੋਜ਼ ਐਵੇਂ ਨਹੀਂ ਦੇਈਦਾ, ਐਵੇਂ ਦੇਈਦਾ। ਕਵਰ ਕੀਤਾ ਹੈ? ਹਾਂ, ਕਿਸ ਨਹੀਂ ਕੀਤਾ? ਤੁਸੀਂ ਸਾਰਿਆਂ ਨੇ ਗੁਲਾਬੋ ਨੂੰ ਡਰਾਈ ਦਿੱਤਾ। ਹਾਂ, ਉਹ ਪਾਜੀ ਤੁਸੀਂ ਦੁੱਲਾ ਹੋ, ਕੁੜੀ ਦੇ ਨਾਲ ਲੱਗੇ ਖੜੇ ਹੋ, ਮਿਸਟਰ ਚਮੇਲੀ ਪਲੀਜ਼। ਓਏ ਕਮਲਾ ਕਿਤੋਂ ਦਾ? ਸਰ ਇਹਦੇ ਚਲ ਦੁੱਲੇ ਦੀ ਛਾਤੀ ਜ਼ਿਆਦਾ ਚੌੜੀ ਹੋ ਗਈ ਆ, ਥੋੜੀ ਨਾ ਕੱਟ ਕਰ। ਤੂੰ ਮੈਨੂੰ ਐਵੇਂ ਦੀ ਜਗ੍ਹਾ ਕਿਉਂ ਖੜਾ ਕਰਤਾ? ਦਾ ਵਰਲਡ ਫੇਮਸ ਪ੍ਰੀ ਵੈਡਿੰਗ ਵਾਈਲਡ ਲਾਈਫ ਫੋਟੋਗ੍ਰਾਫਰ ਚਮੇਲੀ ਆ ਤੇ ਐਵੇਂ ਦੇ ਬੇਵਕੂਫ ਦੀ ਫੋਟੋ ਖਿੱਚ ਰਿਹਾ? ਓਏ ਤੂੰ ਮੈਨੂੰ ਚੰਗੀ ਤਰ੍ਹਾਂ ਨਾਲ ਪੈਸੇ ਵੀ ਨਹੀਂ ਦਿੱਤੇ ਨੇ ਤੇ ਉਹ ਹੈ ਕਿ ਚੰਗੀ ਤਰ੍ਹਾਂ ਨਾਲ ਪੋਜ਼ ਵੀ ਨਹੀਂ ਦਿੰਦਾ ਪਿਆ, ਇਹ ਕੀ ਹੈ? ਕੀ ਲੱਗਦਾ ਹੈ ਕਿ ਤੈਨੂੰ ਮੈਂ ਕੌਣ ਆ? ਹੈ ਭਾਜੀ, ਇੱਕ ਕੰਮ ਕਰਦੇ ਆ, 5 ਮਿੰਟ ਦਾ ਬ੍ਰੇਕ ਲੈ ਲੈਣਾ, ਉਹਦੇ ਬਾਅਦ ਕੰਮ ਸ਼ੁਰੂ ਕਰਦੇ ਆ। ਜੂਸ ਪੀਓਗੇ ਤੁਸੀਂ? ਜੂਸ? ਲਓ ਜੀ, ਲਓ ਜੀ, ਲਓ ਜੀ, ਲਓ ਜੀ, ਲਓ ਜੀ, ਇਹ ਲਓ ਜੀ ਕੈਚ। ਯੈਸ, ਇੱਦਾਂ ਤਾਂ ਪਹਿਲਾਂ ਕਦੇ ਵੀ ਹੋਇਆ ਨਹੀਂ ਹੈ, ਪਰ ਅੱਜ ਪਤਾ ਨਹੀਂ ਕਿਉਂ ਹੁੰਦਾ ਪਿਆ, ਪਰ ਦੁਬਾਰਾ ਨਹੀਂ ਹੋਊਗਾ, ਆਈ ਪ੍ਰੋਮਿਸ। ਮੈਨੂੰ ਮਾਫ਼ ਕਰ ਦਿਓ। ਕੀ ਮਾਫ਼ ਕਰਾਂ ਤੈਨੂੰ? ਤੂੰ ਇੱਥੇ ਗੇਮ ਖੇਡ ਰਿਹਾ ਮੇਰੇ ਨਾਲ ਤੇ ਉਹ ਫੋਟੋਗ੍ਰਾਫਰ ਚਕਲੀ, ਕੀ ਨਾਮ ਆ ਉਹਦਾ, ਮੇਰੇ ਭਰਾ ਨਾਲ ਬਦਤਮੀਜ਼ੀ ਨਾਲ ਗੱਲ ਕਰ ਰਿਹਾ ਹੈ। ਇਹ ਤੋਂ ਬਾਅਦ ਉਹਨੇ ਇੱਕ ਸ਼ਬਦ ਵੀ ਕਿਹਾ ਨਾ ਤਾਂ ਮੈਂ ਉਹਦਾ ਸਰ ਫਾੜ ਕੇ ਉਹਦੀ ਫੋਟੋ ਖਿੱਚੂੰਗਾ। ਪਿਤਾ ਜੀ, ਤੁਹਾਨੂੰ ਪਤਾ ਹੈ ਜਦੋਂ ਇਹਨਾਂ ਨੇ ਮੈਨੂੰ ਹੱਥ ਲਾਇਆ ਉਦੋਂ ਹੀ ਮੈਨੂੰ ਮਹਿਸੂਸ ਹੋਇਆ, ਤੇ ਮਾਂ ਜਦੋਂ ਇਹ ਕਿਸ ਕਰਨ ਲਈ ਰੁਕ ਗਿਆ ਤਾਂ ਮੇਰਾ ਮਨ ਇਹਨਾਂ ਨੂੰ ਕਿਸ ਕਰਨ ਨੂੰ ਕੀਤਾ। ਮੈਂ ਤੇ ਫੇਸਬੁੱਕ ਤੇ ਵੀ ਮੈਰਿਟ ਸਟੇਟਸ ਅਪਡੇਟ ਕਰਦਾ ਹੈ। ਔਰ ਕੀ ਕਰਦਾ ਤੂੰ? ਫੇਸਬੁੱਕ ਤੇ ਵੀ ਅਪਡੇਟ ਕਰਤਾ? ਚਲੋ ਠੀਕ ਆ, ਜਾਣ ਪਹਿਚਾਣ ਵਾਲੇ ਸ਼ੈਤਾਨ ਤੋਂ ਵਧੀਆ ਹੈ ਕਿਸੇ ਅਣਜਾਣ ਫਰਿਸ਼ਤੇ ਨਾਲ ਰਹਿਣਾ। ਸੋਹਰਾ ਸਾਹਿਬ, ਬਹੁਤ ਸਾਰਾ ਪਿਆਰ ਜਵਾਈ ਜੀ, ਤੁਸੀਂ ਮੇਰੀ ਬੇਟੀ ਦਾ ਚੰਗੀ ਤਰ੍ਹਾਂ ਧਿਆਨ ਰੱਖੋਗੇ ਨਾ? ਡੋਂਟ ਵਰੀ ਸੋਹਰਾ ਸਾਹਿਬ, ਇਹ ਵੀ ਮੇਰੀ ਜ਼ਿੰਦਗੀ ਹੈ। ਓਏ ਮਤ ਕਰੇ ਸਭ, ਓਏ ਇਹ ਕੀ ਹੋਣ ਡਿਆ ਹੈ? ਤੁਸੀਂ ਸਾਰੇ ਰਲ ਕੇ ਮੇਰੇ ਨਾਲ ਖੇਲ ਖੇਡਦੇ ਪਏ ਹੋ, ਇਹਨੇ ਸਾਨੂੰ ਬੇਵਕੂਫ ਬਣਾਇਆ ਤੇ ਹੁਣ ਇਹ ਸਾਡੇ ਸਾਹਮਣੇ ਨੱਚ ਰਿਹਾ ਹੈ ਤੇ ਤੁਸੀਂ ਦਰਸ਼ਕ ਬਣੇ ਤਮਾਸ਼ਾ ਦੇਖ ਰਹੇ ਹੋ? ਹੈਲੋ, ਐਕਸਕਿਊਜ਼ ਮੀ, 1 ਮਿੰਟ ਪਲੀਜ਼। ਮੈਂ ਮੇਰੀ ਵੋਟੀ ਤੇ ਮੇਰੇ ਸੋਹਰਾ ਸਾਹਿਬ ਤੇ ਉਹਨਾਂ ਦੀ ਵੋਟੀ ਡਬਲ ਡੇਟ ਤੇ ਚੱਲੇ ਆ। ਕਮ ਔਨ ਮਾਈ ਵਾਈਫ, ਯੂ ਕੈਰੀ ਔਨ ਵਿਦ ਯਰ ਫਾਈ। ਆ ਚੱਲੋ ਚੱਲੋ, ਹਾਂ ਚੱਲੋ ਚੱਲਦੇ ਆ। ਓਏ ਤੂੰ ਕੀ ਗੁੰਗਾ ਹੈ ਜੋ ਕੁਝ ਬੋਲਦਾ ਨਹੀਂ? ਜਾਓ ਨਾ ਕੁਝ ਬੋਲੋ। ਬਹੁਤ ਅਟਕ ਹੋ ਗਿਆ ਤੇਰਾ, ਤੇਰੇ ਭਰਾ ਦਾ ਲਾਸ ਹੋਇਆ ਤਾਂ ਮੇਰਾ ਵੀ ਬਹੁਤ ਪੈਸਾ ਲੱਗ ਚੁੱਕਿਆ ਹੈ, ਤੇਰਾ ਭਰਾ ਹੈ ਨਾ ਲਾਇਕ। ਓਏ ਤੂੰ ਇੰਨਾ ਕੇਅਰਲੈਸ ਕਿਵੇਂ ਹੋ ਸਕਦਾ? ਤੂੰ ਮੇਰਾ ਬੈਕਗ੍ਰਾਉਂਡ ਜਾਣਦਾ ਵੀ ਹੈ? ਤੂੰ ਸੋਚ ਵੀ ਨਹੀਂ ਸਕਦਾ ਮੈਂ ਕੀ ਕਰੂੰਗਾ ਤੇਰੇ ਨਾਲ। ਕੀ ਕਰੇਗਾ ਤੂੰ ਮੇਰਾ? ਤੂੰ ਜਾਣਦਾ ਵੀ ਮੈਂ ਤੇਰਾ ਕੀ ਕਰ ਸਕਦਾ? ਆਪਣੇ ਭਰਾ ਨੂੰ ਦੋਸ਼ ਦੇ ਜਿਹੜਾ ਕਮਲਾ ਰਮਲਾ ਹੈ,
ਤੇ ਹੋਰ ਇੱਕ ਗੱਲ ਉਸ ਕੁੜੀ ਨਾਲ ਵਿਆਹ ਤੁਸੀਂ ਫਿਕਸ ਕੀਤਾ ਸੀ ਮੈਂ ਨਹੀਂ ਓਏ ਉਸ ਟਕਲੇ ਨੂੰ ਤਾਂ ਤੂੰ ਫਿਕਸ ਕੀਤਾ ਸੀ ਨਾ ਚੁੱਪ ਕਰ ਹਲੋ ਓਏ ਮੇਰੇ ਮਾਲਕ ਤੇਰੇ ਨਾਲ ਗੱਲ ਕਰਦੇ ਪਏ ਨੇ ਨਾ ਸਮਝਦਾ ਕੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਗੱਲ ਕਰਨਾ ਆਖਿਆ ਮੇਰੀ ਛੱਡ ਛੱਡ ਪਹਿਲੇ ਗੱਲ ਕਰ ਛੱਡ ਛੱਡ ਮੇਰੀ ਗੈਂਡਿਆ ਹਲੋ ਹਾਂ ਕੀ ਹੈ ਪਤਾ ਸੀ ਕਿ ਤੈਨੂੰ ਟਾਈਮ ਦੀ ਕਦਰ ਨਹੀਂ ਹੈ ਪਰ ਤੇਰੇ 'ਚ ਸੈਂਸ ਨਹੀਂ ਹੈ ਇਹ ਵੀ ਕਨਫਰਮ ਹੋ ਗਿਆ ਵੇਖ ਅਜੇ ਮੇਰਾ ਮੂਡ ਬਹੁਤ ਜ਼ਿਆਦਾ ਖਰਾਬ ਹੈ ਸਾਰਾ ਗੁੱਸਾ ਤੇਰੇ ਤੇ ਨਿਕਲ ਜਾਣਾ ਹੈ ਮੈਂ ਆਸ਼ਰਮ ਦੇ ਕੋਲ ਸੜਕ ਦੇ ਕਿਨਾਰੇ ਤੇਰਾ ਵੇਟ ਕਰ ਰਹੀ ਹਾਂ ਪਰ ਤੂੰ ਕਿਤੇ ਹੋਰ ਲੜਾਈ ਕਰ ਰਿਹਾ ਹੈ ਹੈਲੋ ਅੱਜ ਆਸ਼ਰਮ 'ਚ ਆਪਣੀ ਮੀਟਿੰਗ ਹੈ ਕੀ ਤੂੰ ਇਹ ਭੁੱਲ ਗਿਆ ਹੈ ਹਾਂ ਓਏ ਸੜਕ ਦੇ ਕਿਨਾਰੇ ਵੇਟ ਕਰਨਾ ਇਕੱਠੇ ਗੁਰੂ ਜੀ ਦੇ ਆਸ਼ਰਮ ਜਾਣਾ ਇਹ ਸਭ ਤੇਰਾ ਪਲਾਨ ਸੀ ਇਵੇਂ ਦਾ ਮੈਂ ਕੁਛ ਨਹੀਂ ਆਖਿਆ ਸੀ ਤੇ ਹੁਣ ਚੁੱਪਚਾਪ ਉੱਥੇ ਵੇਟ ਕਰ ਮੈਂ ਉਹਨਾਂ ਗੈਂਡਿਆ ਇੱਕ ਫੋਟੋਗ੍ਰਾਫਰ ਨੂੰ ਸਿਰਫ ਫੋਟੋ ਖਿੱਚਣ ਨਾਲ ਮਤਲਬ ਰੱਖਣਾ ਚਾਹੀਦਾ ਹੈ ਇਹਦੇ ਬਜਾਏ ਉਹ ਹੋਣ ਵਾਲੀ ਵੋਟੀ ਨੂੰ ਚੱਕ ਕੇ ਲੈ ਗਿਆ ਤੂੰ ਚਾਹੁੰਦਾ ਹੈ ਕਿ ਅਸੀਂ ਚੁੱਪ ਰਹੀਏ ਓਏ ਸਾਡੇ ਬੌਸ ਭਾਵੇਂ ਨਾਰਥ ਕਰਨਾਟਕ ਤੋਂ ਨੇ ਪਰ ਸਾਊਥ 'ਚ ਉਹਨਾਂ ਦਾ ਬਹੁਤ ਦਬਦਬਾ ਹੈ ਤੂੰ ਸਾਡੇ ਬੌਸ ਨੂੰ ਧੋਖਾ ਦਿੱਤਾ ਸਰ ਇਹ ਬਹੁਤ ਵੱਡਾ ਧੋਖੇਬਾਜ਼ ਹੈ ਇਹ ਤੇ ਪੱਕਾ ਹੈ ਮੈਨੂੰ ਨਹੀਂ ਪਤਾ ਇਹਨੇ ਤੁਹਾਡੇ ਨਾਲ ਕੀ ਕੀਤਾ ਹੈ ਪਰ ਹੁਣੇ ਸਾਡੀ ਬਹੁਤ ਇੰਪੋਰਟੈਂਟ ਮੀਟਿੰਗ ਹੈ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹਨੂੰ ਕੁੱਟਦੇ ਹੋਏ ਵੇਖਣਾ ਚਾਹੁੰਦੀ ਹਾਂ ਸੱਚੀ ਪਰ ਪਲੀਜ਼ 2 ਘੰਟੇ ਬਾਅਦ ਵਾਪਸ ਆਇਓ ਅਸੀਂ ਮੀਟਿੰਗ ਮੁਕਾ ਕੇ ਤੁਰੰਤ ਆਉਂਦੇ ਹਾਂ ਓ ਜਾ ਜਾ ਇੱਥੋਂ ਓਏ ਮੈਂ ਕੀ ਆਖਿਆ ਸੁਣਿਆ ਨਹੀਂ ਤੈਨੂੰ ਦਿਮਾਗ ਹੈਗਾ ਜਾਂ ਨਹੀਂ ਇਡੀਅਟ ਤੇਰੀ ਤਾਂ ਸਰ ਕੀ ਹੋਣ ਡਿਆ ਹੈ ਸਰ ਕੱਪੜੇ ਸਹੀ ਕਰ ਤੇ ਮੂੰਹ ਧੋ ਕੇ ਆ
पिछे तो आओ बुलावा कि गुरु जी दे सामने एवं जाके मेरी रेपुटेशन खराब ना कर इत्थे किते वॉशरूम होना है जा फ्रेश होके आ ओए इधर आ हाँ जा जाके प्रसाद वर्ता हाँ ठीक है ओए अशुद्ध इंसान तेरी हिम्मत की में हुई टॉयलेट यूज करने दी टॉयलेट यूज करने लई तेरे तो पूछने दी लोड नहीं है प्रेशर आया था चला गया ऐ दिच क्यों है बदतमीज इंसान ए गुरुजी दा शुद्ध गुसलखाना है कौन पवित्र थोड़े गुरुजी ती जे एक शब्द होर आख्या ते आश्रम चो बाहर कढवा देवांगा ए टॉयलेट सिर्फ गुरुजी लई फिक्स है ओए रब नाल जुड़े हुए बंदे ही ओथे जांदे ने साडे वर्गे आम लोग ओथे नहीं जा सकते हर महीने दी मावस वाले दिन ही गुरुजी ओथे दा दरवाजा आपे खोलदे ने ओए छोटे चेतन फालतू डायलॉग ना मार यार कंट्रोवर्सी हो जाएगी तेरी गल सुन के इदा लग रहा है गुरुजी 15 दिन च एक बार टॉयलेट जांदे ने 14 दिन रोक के रख दे ओए ओए सिक्योरिटी सिक्योरिटी ओए 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 प्रभा गल सुन जा रहे हैं उन्हें एक एक्शन सीन करके आ रहे हैं दोबारा करने मेरे से ताकत नहीं ओए वधिया होएगा इत्थों दफा हो जा चल पाज ओए गुरुजी नु एकल पता लगी ते तेनु कदे माफ नहीं करेंगे ओए सिक्योरिटी तेरे च दिमाग नहीं है कि ओ दरवाजा खुला है जा उन्हें बंद कर जा गुरुजी ए संजय है ते ए लीला सत श्री अकाल गुरुजी गुरुजी ए अपने कॉन्सेप्ट नु तुहाडे सामने प्रेजेंट करनगे हां मैं लिख के लिया हां इत्थे है गुरुजी इस ਵਿਆਹ ਨੂੰ ਬਹੁਤ ਹੀ ਵੱਖਰਾ ਬਣਾਉਣ ਦੇ ਲਈ ਅਸੀਂ ਬਹੁਤ ਵੱਖਰੇ ਤਰੀਕੇ ਨਾਲ ਤਿਆਰੀ ਕੀਤੀ ਹੈ ਸਾਡੀ ਪ੍ਰਪੋਜ਼ਲ ਵਿੱਚ 5 ਖਾਸ ਗੱਲਾਂ ਨੇ ਤੇ ਕੀ ਸਾਨੂੰ ਇਹਦੇ 'ਚ ਕੁਝ ਬਦਲਾਅ ਕਰਨੇ ਹੋਣਗੇ ਸਭ ਕੁਝ ਬਦਲਣ ਦੀ ਜ਼ਰੂਰਤ ਹੈ ਇਹਦੇ 'ਚ ਬਹੁਤ ਹੀ ਦਿਖਾਵਾ ਹੀ ਨਜ਼ਰ ਆ ਰਿਹਾ ਏ ਜੇ ਸਿਰਫ ਆਮ ਵਿਆਹ ਏ ਤੇ ਵਹੁਟੀ ਪ੍ਰਾਹੁਣੇ ਨੂੰ ਪਿਆਰ ਜ਼ਰੂਰ ਮਿਲੇਗਾ ਤੇ ਤੁਹਾਨੂੰ ਇੱਕ ਕੰਮ ਕਰਨਾ ਹੋਏਗਾ ਚੰਨਾ ਜੀ ਤੂੰ ਗੁਰੂ ਜੀ ਦੀਆਂ ਗੱਲਾਂ ਸਮਝ ਗਿਆ ਹੈ ਨਾ ਜੀ ਜੀ ਹਾਂ ਸਮਝ ਗਿਆ ਸਰ ਤੇ ਫਿਰ ਅੱਜ ਤੂੰ ਪ੍ਰੈਸ ਵਾਲਿਆਂ ਨੂੰ ਬੁਲਾ ਓਕੇ ਸਰ ਵਿਆਹ 'ਚ ਕੋਈ ਵੀ ਤੋਹਫਾ ਨਹੀਂ ਲਿਆ ਜਾਵੇਗਾ ਸਮਝਿਆ ਠੀਕ ਹੈ ਸਰ ਉਹਦੇ ਬਦਲੇ 'ਚ ਅਸੀਂ ਸਿਰਫ ਕਰਿਆਨੇ ਦਾ ਸਮਾਨ ਹੀ ਲਵਾਂਗੇ ਤੇ ਹਾਂ ਵਿਆਹ ਵਾਲੇ ਦਿਨ ਜਿਹੜਾ ਵੀ ਸਮਾਨ ਮਿਲੇਗਾ ਉਹਨੂੰ ਗੁਰੂ ਜੀ ਦੇ ਯਤੀਮਖਾਨੇ ਵਿੱਚ ਭੇਜ ਦੇਵਾਂਗੇ ਉਸੇ ਦੁਪਹਿਰ ਉਹਨੂੰ ਬੱਚਿਆਂ ਨੂੰ ਖਿਲਾਉਣ ਦੇ ਲਈ ਯੂਜ਼ ਕਰਨਾ ਹੈ ਤੇ ਸਾਫ਼ ਸੁਥਰਾ ਦਿਖਣਾ ਚਾਹੀਦਾ ਹੈ ਹਾਂ ਹੋ ਜਾਊਗਾ ਸਰ ਵਿਆਹ 'ਚ ਜਨਤਾ ਤੇ ਪ੍ਰੈਸ ਨਹੀਂ ਆਉਣਗੇ ਇਹ ਸਭ ਸਿਰਫ ਪਰਿਵਾਰ ਤੱਕ ਹੀ ਸੀਮਿਤ ਰਹੇਗਾ ਇਹ ਮੈਂਸ਼ਨ ਜ਼ਰੂਰ ਕਰੀ ਸਮਝ ਗਿਆ ਸਮਝ ਗਿਆ ਸਰ ਓਏ ਕੀ ਅੰਕਲ ਮਣੀ ਇਹਦਾ ਸਿਰ ਕਿਉਂ ਖਾ ਰਿਹਾ ਹੈ ਉਹ ਕੁਝ ਨਹੀਂ ਪਾਜੀ ਪ੍ਰੈਸ ਰਿਲੀਜ਼ ਦੇ ਬਾਰੇ ਸਮਝਾ ਰਿਹਾ ਸੀ
ਹੁਣ ਉਹਨੂੰ ਜਾਣ ਦੇ, ਉਹਨੇ ਓਟੀ ਜਾਣਾ, ਉਹਦੀ ਕੁੜੀ ਦਾ ਜਨਮ ਦਿਨ ਹੈ। ਐਵੇਂ ਦੀ ਗੱਲ ਹੈ ਚੰਨਾ? ਹਾਂਜੀ ਸਰ। ਤੇ ਪਹਿਲਾਂ ਉੱਥੇ ਜਾ। ਆਉਣਾ ਸਰ। ਗੁਰੂ ਜੀ ਨੇ ਕੀ ਕਿਹਾ ਸਮਝ ਗਏ ਨਾ, ਉਹਨਾਂ ਦੇ ਕਹੇ ਮੁਤਾਬਕ ਹੀ ਚੀਜ਼ਾਂ ਤਿਆਰ ਕਰੋ। ਹਾਂਜੀ ਜ਼ਰੂਰ ਸਰ। ਅਸੀਂ ਸਰ ਕੱਲ ਈਵਨਿੰਗ 'ਚ ਅਸੀਂ ਕੁੜੀ ਮੁੰਡੇ ਦੇ ਲਈ ਰੋਮਾਂਟਿਕ ਡੇਟ ਦਾ ਅਰੇਂਜਮੈਂਟ ਕੀਤਾ ਹੈ, ਸੋ ਪਲੀਜ਼ ਸਿਰੀ ਤੇ ਲੰਬੋਦਰ ਸਰ ਨੂੰ ਭੇਜ ਦਿਓ। ਡੇਟ? ਉਹਦੀ ਲੋੜ ਨਹੀਂ ਹੈ। ਕਿਉਂ ਦੋਸਤ, ਕੀ ਹੋਇਆ? ਇਸ ਡੇਟ ਦੀ ਕੀ ਲੋੜ ਹੈ? ਇਹ ਅੱਜ ਕੱਲ ਦੀ ਜਨਰੇਸ਼ਨ ਹੈ, ਇਹੀ ਤਾਂ ਟ੍ਰੈਂਡ ਹੈ, ਜਾਣ ਦਿਓ ਇਹਨਾਂ ਨੂੰ। ਸਿਰੀ ਮੈਮ, ਲੰਬੋਦਰ ਸਰ, ਵੈਲਕਮ ਟੂ। 1 ਮਿੰਟ ਸਰ, ਤੁਸੀਂ ਮੇਰਾ ਨਾਮ ਜ਼ਿੰਦਗੀ 'ਚ ਕਦੇ ਭੁੱਲਨੇ ਪਾਓਗੇ ਸਰ, ਕਿਉਂਕਿ ਤੁਹਾਡੇ ਹਸੀਨ ਸ਼ਾਮ ਦੇ ਲਈ ਸੰਜੇ ਨੇ ਇਵੇਂ ਦਾ ਅਰੇਂਜਮੈਂਟ ਕੀਤਾ ਹੈ ਕਿ ਤੁਸੀਂ ਦੋਵੇਂ ਕਦੇ ਭੁੱਲਨੇ ਪਾਓਗੇ ਸਰ। ਐਕਸਕਿਊਜ਼ ਮੀ, ਤੈਨੂੰ ਚਾਹੀਦੀ ਹੈ? ਓਕੇ, ਤੁਸੀਂ ਪੀ ਲਓ। ਸਰ ਸਰ ਮੈਮ, ਤੁਹਾਡੇ ਦੋਨਾਂ ਦੀ ਪਸੰਦ ਦੀ। ਸਰ, ਮੈਡਮ ਦੀ ਹੇਅਰ ਸਟਾਈਲ ਵੇਖੋ, ਉਹਨਾਂ ਦੇ ਆਈ ਸ਼ੈਡੋ ਵੇਖੋ, ਤੇ ਉਹਨਾਂ ਦੀ ਲਿਪਸਟਿਕ ਸਰ, ਆਹ ਬਿਊਟੀ ਬਿਊਟੀ। ਹੁਣ ਲਾੜ ਸੁੱਟਣਾ ਬੰਦ ਕਰ। ਸਰ ਮੈਮ, ਤੁਸੀਂ ਦੋਵੇਂ ਇਸ ਸ਼ਾਮ ਨੂੰ ਚੰਗੀ ਤਰ੍ਹਾਂ ਇੰਜੋਏ ਕਰ ਸਕੋ, ਇਹਦੇ ਲਈ ਅਸੀਂ ਕਾਫੀ ਐਫਰਟਸ ਲਾਏ ਨੇ। ਆਈ ਹੋਪ ਤੁਸੀਂ ਦੋਵੇਂ ਇਹਨਾਂ ਗੱਲਾਂ ਨੂੰ ਬਿਲਕੁਲ ਸੀਰੀਅਸਲੀ ਨਾ ਲਵੋ, ਤੁਹਾਡੇ ਦਿਲ 'ਚ ਜੋ ਵੀ ਆਉਂਦਾ ਖੁੱਲ ਕੇ ਕਰੋ, ਤੁਹਾਡੇ ਦਿਲ ਦੀ ਹਰ ਇੱਕ ਭਾਵਨਾ ਨੂੰ ਅੱਜ ਖੁੱਲ ਕੇ ਬੋਲ ਹੀ ਦੋ ਸਰ। ਇਹਨਾਂ ਨੂੰ ਪਤਾ ਹੈ ਕਿ ਕੀ ਕਰਨਾ, ਤੂੰ ਚਿੰਤਾ ਨਾ ਕਰ, ਤੁਸੀਂ ਇੰਜੋਏ ਕਰੋ, ਤੇ ਤੂੰ ਚੱਲ ਮੇਰੇ ਨਾਲ, ਚੱਲ ਚੱਲ ਤੋੜਦਾ ਜਾ, ਮੈਂ ਦੱਸ ਦਿਆਂ। ਸਰ ਮੈਡਮ ਬਹੁਤ ਬਿਊਟੀਫੁਲ ਨੇ। ਚੁੱਪ ਕਰ ਜਾ। ਥੈਂਕ ਯੂ। ਗਰਮਾ ਗਰਮ ਮਿਰਚ ਦੇ ਪਕੌੜੇ ਲੈ। ਇੱਕ ਕੁੜੀ ਦੇ ਮੂੰਹ ਤੇ ਖੁਸ਼ੀ ਜਿਹੜੀ ਦਿਸਣੀ ਚਾਹੀਦੀ ਹੈ, ਉਹ ਤੇਰੇ ਮੂੰਹ ਤੇ ਏਦਾਂ ਗਾਇਬ ਹੋਈ ਹੈ ਕਿ ਪੁੱਛੋ ਨਾ। ਕੀ ਗੱਲ ਹੈ? ਜੇ ਕਿਸੇ ਕੋਲ ਕਰੋੜਾਂ ਰੁਪਏ ਹੋਣ, ਫਿਰ ਵੀ ਉਹ ਬਾਂਦਰਾ ਵਾਂਗੂ ਹਰਕਤਾਂ ਕਰੇ ਤਾਂ ਸੋਸਾਇਟੀ ਉਹਨੂੰ ਐਕਸੈਪਟ ਕਰੇਗੀ? ਇਵੇਂ ਤਾਂ ਜ਼ਰੂਰੀ ਤਾਂ ਨਹੀਂ ਹੈ। ਹੁਣ ਆਪਣੇ ਆਪ ਨੂੰ ਵੇਖ ਲੈ, ਤੇਰੇ ਕੋਲ ਜ਼ਿਆਦਾ ਪੈਸਾ ਤਾਂ ਨਹੀਂ ਹੈ, ਫਿਰ ਹੀ ਬਾਂਦਰੀ ਵਾਂਗੂ ਹਰਕਤਾਂ ਕਰਦੀ ਆ, ਤੈਨੂੰ ਇਹ ਸੋਸਾਇਟੀ ਨੇ ਐਕਸੈਪਟ ਕਰ ਹੀ ਲਿਆ। ਉਹ ਦੋਵੇਂ ਕਿੰਨੀ ਕਿਸਮਤ ਵਾਲੇ ਨੇ ਨਾ। ਉਹਨਾਂ ਦੇ ਪਿਓ ਦੇ ਕੋਲ ਦੁਨੀਆਂ ਭਰ ਦਾ ਪੈਸਾ ਹੈ, ਜਿਸ ਚੀਜ਼ ਤੇ ਉਹ ਨਜ਼ਰ ਰੱਖ ਲੈਣ ਉਹ ਸਭ ਖਰੀਦ ਸਕਦੇ ਨੇ। ਬਿਨਾਂ ਕਿਸੇ ਬਾਉਂਡਰੀਜ਼ ਦੇ ਉਹ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀ ਸਕਦੇ ਨੇ। ਪੈਸਾ ਨਾ ਬਹੁਤ ਹੀ ਅਜੀਬ ਚੀਜ਼ ਹੈ। ਸਿਰਫ ਪੈਸੇ ਦੇ ਨਾਲ ਜ਼ਿੰਦਗੀ ਸੌਖੀ ਹੋ ਜਾਵੇ, ਇਹ ਤਾਂ ਝੂਠ ਹੈ, ਤੇ ਬਿਨਾਂ ਪੈਸੇ ਦੇ ਤੁਹਾਡੀ ਜ਼ਿੰਦਗੀ ਸੌਖੀ ਹੋ ਜਾਊਗੀ, ਇਹ ਤਾਂ ਬਿਲਕੁਲ ਹੀ ਝੂਠ ਹੈ। ਤੇ ਫਿਰ ਸੱਚ ਕੀ ਹੈ ਤੂੰ ਹੀ ਦੱਸ ਦੇ। ਜ਼ਿੰਦਗੀ 'ਚ ਖੁਸ਼ੀ ਤੇ ਗਮੀ ਦੀ ਬਾਜ਼ੀ 'ਚ ਮੈਂ ਹਮੇਸ਼ਾ ਤੋਂ ਹੀ ਹਾਰੀ ਹਾਂ। ਹਰ ਵਾਰ ਹੀ ਮੈਨੂੰ ਹਾਰ ਸਹਿਣੀ ਪੈਂਦੀ ਹੈ। ਮੈਂ ਇਹੋ ਜਿਹੀ ਜ਼ਿੰਦਗੀ ਜਿਉਂਦੇ ਜਿਉਂਦੇ ਸੱਚੀ ਤੰਗ ਆ ਗਈ ਹਾਂ। ਇਹ ਲਿਮਿਟੇਸ਼ਨਸ, ਰਿਸਟ੍ਰਿਕਸ਼ਨਸ, ਇਹਦੇ 'ਚ ਸਾਹ ਘੁੱਟਦਾ ਹੈ ਮੇਰਾ। ਕਿਸੇ ਵੀ ਕੀਮਤ 'ਤੇ ਮੈਂ ਆਪਣੇ ਪਾਪਾ ਵਾਂਗੂ ਜ਼ਿੰਦਗੀ ਨਹੀਂ ਜੀਣਾ ਚਾਹੁੰਦੀ ਹਾਂ। ਹੇ ਲੀਲਾ, ਇੰਨੀ ਇਮੋਸ਼ਨਲ ਨਾ ਹੋ। ਇਵੇਂ ਦਾ ਕੋਈ ਇਨਸਾਨ ਨਹੀਂ ਜਿਹਦਾ ਚੰਗਾ ਵਕਤ ਨਾ ਆਵੇ। ਤੇਰਾ ਵੀ ਆਊਗਾ, ਚੱਲ ਖੁਸ਼ ਹੋ ਜਾ। ਚਿਹਰਾ ਓਏ, ਹੱਥ ਹਟਾ ਆਪਣਾ ਸਮਝਾ। ਮੈਨੂੰ ਸਹਾਰਾ ਦੇਣ ਦੇ ਬਹਾਨੇ ਮੇਰਾ ਫਾਇਦਾ ਚੁੱਕਣਾ ਚਾਹੁੰਦਾ ਹੈ। ਇਹ ਪਾਗਲ ਕੁੜੀਏ, ਇਹਨੂੰ ਹੀ ਕਹਿੰਦੇ ਨੇ ਕੁੜੀ ਦੀ ਅਕਲ। ਮੈਂ ਤੈਨੂੰ ਦੋਸਤ ਵਾਂਗੂ ਸਮਝਾ ਰਿਹਾ ਸੀ ਕਿਉਂਕਿ ਤੂੰ ਮੇਰੇ ਡੈਡ ਦੇ ਦੋਸਤ ਦੀ ਕੁੜੀ ਆ, ਤੇ ਪੁੱਠਾ ਤੂੰ ਮੇਰੇ ਤੇ ਇਲਜ਼ਾਮ ਲਾ ਰਹੀ ਆ। ਓਏ, ਤੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਹੈ, ਚੱਲ ਜਾ। ਤੂੰ ਭੱਜ।
ओए तू जाके पुजारी नाल गल कर, मैं बाइक पार करके आऊंगा। हेलो तू जा ते जाके पुजारी नाल गल कर, मैं रब अगे अरदास करके आनी हां। ओए कौन है तू? लेडीज लिटिल प्रिंस। ओए की आख्या तू? बेबी मैं सीधा मुद्दे ते आउंदा, तू मेरे तो थोड़ी लंबी है पर कोई गल नहीं, मैं तेरा ध्यान चंगी तरह रखांगा। तू मेरे तो उम्र च वड्डी है पर मैं भी छेती मैच्योर हो जाऊंगा बेबी। आई लव यू। मैं इत्थे ही आ रुकिया होया, जवाब दे दे 5 मिनट। हां स्टूपिड फेलो, 5 मिनट पहला तू मेनू यही डायलॉग आख्या सी ना। पर 5 मिनट विच तू मेनू जवाब नहीं दिता ना बेबी, इस करके मैं मूव ऑन हो गया। ओए निक्के बंदर रुक, हुणे दस दिया तेनू। ओ गॉड, ओ बेबी तू तो एदी तो काफी चंगी है, चल भजदे आ, रन रन। हे वाह पुजारी जी, ये राजनेता दे बच्चां दा ब्याह है, चंगी तरह लुटियो। ਕਟੋ ਕਟ 50,000 ਲੱਗਣਗੇ। ਉਹ 50,000 ਛੱਡੋ, 75 ਹੈਰੀ ਆਖ ਸਕਦੇ ਤੁਸੀਂ, ਪਰ ਵਿਆਹ ਤੁਹਾਨੂੰ ਦੋਵਾਂ ਨੂੰ ਹੀ ਕਰਾਉਣਾ ਪਊਗਾ। ਹਾਈ ਪ੍ਰੋਫਾਈਲ ਵੈਡਿੰਗ ਆ, ਜਿੰਨਾ ਮੂੰਹ ਪਾਲ ਸਕਦੇ ਹੋ ਪਾਲੋ, ਪਰ ਵਿਆਹ ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈ। ਕੀ ਗੱਲ ਹੈ? ਆਏ ਪੰਡਿਤ ਜੀ ਦਾ ਕੈਲੰਡਰ ਬਿਜ਼ੀ ਆ, ਸਾਡੇ ਲਈ ਟਾਈਮ ਕੱਢ ਰਹੇ ਨੇ, ਇਸ ਕਰਕੇ ਐਕਸਟਰਾ ਪੈਸੇ ਲੱਗਣਗੇ। ਆ ਕੀ ਹੈ, ਇੱਥੇ ਤੁਸੀਂ ਦੋਵੇਂ ਇਕੱਠੇ ਕਿਵੇਂ ਆ ਗਏ? ਵੱਡੇ ਪੁਜਾਰੀਆਂ ਨੇ ਮੈਨੂੰ ਚੇਤਾਵਨੀ ਦਿੱਤੀ ਹੈ ਕਿ ਕੋਈ ਕਸ਼ਟ ਮੇਰੇ ਤੇ ਹੋਣ ਵਾਲਾ ਹੈ। ਸਹੀ ਕਿਹਾ ਤੁਸੀਂ, ਇਦਾਂ ਦਾ ਕੁਝ ਵੀ ਨਹੀਂ ਹੋਊਗਾ ਪੰਡਿਤ ਜੀ। ਲੜਾਈ ਨਾ ਹੋਣ ਦਿਓ ਪਲੀਜ਼, ਤਦ ਤੱਕ ਸਭ ਕੁਝ ਸੰਭਾਲ ਲਈ ਰੱਬਾ। ਰੱਬ ਨਾਲ ਗੱਲਾਂ ਬਾਤਾਂ ਹੋ ਗਈਆਂ ਤਾਂ ਮੇਰੀ ਗੱਲ ਹੁਣ ਧਿਆਨ ਨਾਲ ਸੁਣ, ਬਹੁਤ ਭਰੋਸਾ ਕਰਕੇ ਉਹਨਾਂ ਨੇ ਕੰਟਰੈਕਟ ਸਾਨੂੰ ਦਿੱਤਾ ਹੈ, ਥੋੜੀ ਵੀ ਗਲਤੀ ਹੋ ਗਈ ਤਾਂ ਤੇਰੀ ਪੀਪਣੀ ਵਜਾ ਦੇਵਾਂਗਾ, ਵੱਢ ਕੇ ਰੱਖ ਦੇਵਾਂਗਾ। ਕੀ ਪੇਮੈਂਟ? ਹੈਲੋ ਇਹੋ ਜਿਹਾ ਕੁਝ ਵੀ ਨਹੀਂ ਹੋਣਾ, ਇਹ ਮੇਰੇ ਪਾਪਾ ਦੇ ਸਟੂਡੈਂਟ ਨੇ। ਉਹਨਾਂ ਦਾ ਸਟੂਡੈਂਟ ਤਾਂ ਹੀ ਭਰੋਸਾ ਨਹੀਂ ਦਿੱਤੇ। ਅੱਛਾ ਇੱਥੇ ਮੇਰੀ ਵੀ ਇੱਕ ਸ਼ਰਤ ਹੈ। ਕੀ ਬਤਰਾ ਜੀ? ਤੁਹਾਨੂੰ ਸਾਰੀ ਆਈਟਮਸ ਲਿਆਉਣੀ ਪਊਗੀ। ਮੇਰੇ ਕੋਲ ਆਈਟਮ ਨਹੀਂ ਹੈਗੀ। ਮੇਰੇ ਕੋਲ ਹੈ ਪਰ ਮਿਲੂਗੀ ਨਹੀਂ, ਪਿਛਲੀ ਵਾਰ ਜਦੋਂ ਮੈਂ ਲੈ ਕੇ ਆਇਆ ਸੀ ਉਦੋਂ ਤੂੰ ਮੈਨੂੰ ਚੰਗੀ ਤਰ੍ਹਾਂ ਰਗੜਿਆ। ਓਏ ਤੁਸੀਂ ਕੋਈ ਸਾਬਣ ਥੋੜੀ ਜਿਹਾ ਮੈਂ ਰਗੜਾਂਗਾ, ਵੈਸੇ ਵਿਆਹ 'ਚ ਆਉਣ ਵਾਲੇ ਬੰਦੇ ਗਿਫਟ ਦੇ ਤੌਰ 'ਤੇ ਅਨਾਜ ਹੀ ਦੇਣ ਵਾਲੇ ਨੇ, ਜੇ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਸ਼ੋਰਟੇਜ ਹੋਈ ਤਾਂ ਮੈਂ ਗਿਫਟ ਦੇ ਦੇਵਾਂਗਾ। ਓਏ ਉਹ ਸਭ ਤੁਹਾਡੀ ਸਿਰਦਰਦੀ ਹੈ, ਅਸੀਂ ਬਸ ਰੋਟੀ ਬਣਾਵਾਂਗੇ ਤੇ ਆਈਟਮ ਤੁਹਾਡੇ ਹੋਣਗੇ। ਮੇਰੇ ਵੱਲੋਂ ਸਭ ਕੁਝ ਰੈਡੀ ਹੈ। ਸੇਮ ਹੇਅਰ। ਤਾਂ ਫਿਰ ਡੀਲ? ਡੀਲ? ਇੱਥੇ ਨਹੀਂ, ਉੱਥੇ ਜਾ। ਸਤਿ ਸ਼੍ਰੀ ਅਕਾਲ, ਮੈਂ ਤੇ ਸਰਵੋਤਮ ਰਾਏ ਅਨਾਜ ਨਾਲ ਭਰੀ ਗੱਡੀ ਨੂੰ ਇੱਥੋਂ ਰਵਾਨਾ ਕਰਦੇ ਹਾਂ। ਹਾਂ ਇਹ ਕੰਮ ਕਿਸਾਨਾਂ ਦੇ ਪ੍ਰਤੀ ਸਾਡਾ ਪਿਆਰ ਦਰਸਾਉਂਦਾ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
मेरी आवाज सुन रहा है सर? हुण जो मैं तुहानू कह रहा ओ ध्यान नाल सुनियो, इत्थे गड्डी च सिर्फ चावल नाल भरी बोरियां ने, किसे भी बोरी च पैसे नहीं हैगे। पैसे किथे ने सर? बाबू चन्ना नु फोन कर। जिस नंबर से तुसी कॉल कर रहे हो वो हले स्विच ऑफ है, कृपा करके थोड़ी देर बाद कॉल करो। करन ले आया सी सर, बोरिया नाल भरी गड्डी तुसी पहले ही भेज दित्ती। तुहाडे मन दी आवाज बड़ी तेज सुनाई दे रही है। की पाजी तुहाडे गुरु जी एबसेंट ने? क्यों, उन्होंने धोखा दिता? जेड़ा भी है बाद च गल करदे आ। वेख इन सर्वोत्तम, रिटायरमेंट लेटर तो टाइप हो गया है पर आकड़ अजे गई नहीं। एक मिनट पाजी। स्पैम कॉल की करिए पाजी, तुसी दोवे कदी फड़े नहीं गए। भावे मेरे तो कैच रह गया हुए पर मैच ते मैं ही खत्म करांगा। तेरे रिटायरमेंट चे ते दो ही दिन बचे ने, हुण की कर लेंगा? की हो गया? असल चे पाजी, मैं तुहानू दोवां नू दो दिनां च फड़ लवांगा। एदी जानकारी बस टीवी ते प्रिंट मीडिया नू ही दित्ती है। पेट्रोल पुलिस नू दसना भुल गया पाजी। हाँ, मैं उहनां नू भी दस देंगा। बच्चियो, हैप्पी मैरिड लाइफ। उनमें चलता पाजी। हैप्पी टाइम। ओए तू एवें क्यों करता? उन्होंने पता लग गया तो मेरा गला वाट देंगे। मैं इत्थे खड़ा होके रोवां हुण? मैं तेनूं छड्डूंगा नहीं, मार दूंगा, समझा? मार दूंगा। चल 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 चल, फोन कट कर, कट कर फोन, छेती फोन कट कर, पता नहीं कित्थों कित्थों आ जांदे ने। की होया सर? मैडम, ओ राह विच जो गड्डी बुक कीती सी ना, वो पंचर हो गई है, उन्हें कैंसल भी कर देती है। ओए बेवकूफ, जे कोई अनलोडिंग नहीं है तू सानू इत्थे क्यों सद्या फिर? जे एदे कोल दिमाग नहीं है तां की तेरे कोल भी नहीं है? सर, मेरे इंदे विच कोई गलती नहीं है, मैं तुहाडे लई बहुत सालां तों कम कर रहा है, मैं इस तों पहलां कदी कीता है एवें? उंदी गलती दा दोष मैनूं दित्ता जा रहा है। सर दर्द होण डिया है, जाके कॉफी लेके आ। स्ट्रांग जां मीडियम लेके आऊं सर? ठीक है, मैं नॉर्मल लै आउणा। इन्ना कुछ चल रहा है, इन्हां नूं चाह कॉफी दी पई है। आखिर हो की रहा है ये सब? ओ पुलिस वाला कौन है? ओए एसीपी त्रिलोक कुमार, बड़ा ईमानदार, ब्रेव, सिंसियर ते थोड़ा जा हिले ऑफिसर है। की उन्हां दी आपस च बनदी नहीं है?
ਇਹ ਏਸੀ ਵੀ ਕਿਸੇ ਨੂੰ ਵੀ ਪਸੰਦ ਨਹੀਂ। ਜੇ ਉਹ ਸੱਚਾਈ ਦਾ ਪਤਾ ਕਰਨਾ ਚਾਹਵੇ ਤੇ ਫਿਰ ਭਾਵੇਂ ਕੁਝ ਵੀ ਹੋ ਜਾਵੇ, ਕਿੰਨੇ ਵੀ ਮੁਸ਼ਕਲ ਆਉਣ, ਇਹ ਬੰਦਾ ਰੋਕਦਾ ਨਹੀਂ ਆ। ਇਹ ਸਾਡਾ ਬੈਡ ਲੱਕ ਹੈ ਕਿ ਸਾਡਾ ਪੈਸਾ ਇੱਥੇ ਫਸ ਗਿਆ। ਕੱਲ ਹੀ ਜਾ ਕੇ ਆਪਣੇ ਬੈਲੈਂਸ ਪੇਮੈਂਟ ਦੇ ਬਾਰੇ ਗੱਲ ਕਰਨੀ ਪੈਣੀ ਹੈ। ਆਹੋ, ਵਿਆਹ ਰੱਦ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਪਰਸਨਲ ਇਸ਼ੂਜ਼ ਹੋਣਗੇ ਨਾ, ਤੇ ਕੀ ਉਹ ਸਾਰੇ ਮੈਂ ਮੀਡੀਆ ਨੂੰ ਦੱਸਦਾ ਰਹਾਂ? ਮੈਂ ਬਾਅਦ ਚ ਕਾਲ ਕਰਦਾ ਹਾਂ। ਬਾਬੂ, ਕੱਲ ਤੋਂ ਹੀ ਮੀਡੀਆ ਮੈਂ ਤੇ ਪ੍ਰੈਸ਼ਰ ਪਾ ਰਹੀ ਹੈ। ਇਹ ਵਿਆਹ ਕਿਉਂ ਰੱਦ ਹੋ ਗਿਆ? ਉਹਨਾਂ ਨੂੰ ਕਲੈਰਿਟੀ ਚਾਹੀਦੀ ਹੈ। ਇੱਕ ਜਾਂ ਦੋ ਨਹੀਂ, ਪੂਰੇ 100 ਕਰੋੜ। ਇਹ 100 ਕਰੋੜ ਰੁਪਈਏ ਕਿੱਥੇ ਗਾਇਬ ਹੋ ਗਏ, ਇਹਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਤੇ ਉਹਨਾਂ ਨੂੰ ਕਲੈਰਿਟੀ ਚਾਹੀਦੀ ਹੈ ਕਿ ਵਿਆਹ ਕਿਉਂ ਰੋਕ ਦਿੱਤਾ ਗਿਆ। ਗੁਰੂ ਜੀ ਨਾਲ ਕੰਟੈਕਟ ਹੋਇਆ? ਨਾਟ ਰੀਚੇਬਲ। ਚੰਨਾ, ਸਵਿਚ ਆਫ। ਇੱਥੇ ਕੀ ਹੋ ਰਿਹਾ ਹੈ? ਸਾਰੇ ਜਣੇ ਸਾਡੇ ਨਾਲ ਖੇਡਦੇ ਪਏ ਨੇ। ਗੁਰੂ ਜੀ ਦੇ ਆਖਣ ਤੇ ਅਸੀਂ ਪਲਾਨ ਬਣਾ ਕੇ 100 ਕਰੋੜ ਚੰਨਾ ਦੇ ਨਾਲ ਭੇਜੇ, ਉਦੋਂ ਤੱਕ ਸਭ ਠੀਕ ਸੀ। ਉਸ ਤੋਂ ਬਾਅਦ ਮੈਨੇਜਰ ਕਹਿੰਦਾ ਕਿ ਪੈਸੇ ਗਾਇਬ ਨੇ, ਚੰਨਾ ਉੱਥੋਂ ਫਰਾਰ ਹੋ ਗਿਆ। ਕਿੱਥੋਂ ਉਹ ਕੰਜਰ, ਉਹ ਐਸਬੀ ਆ ਗਿਆ। ਹੁਣ ਦੱਸ, ਕੀ ਦੱਸਾਂਗਾ, ਅਸੀਂ ਵਿਆਹ ਕਿਉਂ ਰੋਕਿਆ? ਬਾਬੂ, ਸਬਰ ਰੱਖ, ਸ਼ਾਂਤ ਹੋ ਜਾ। ਓਏ, ਇਹਨਾਂ ਪੈਸਾ ਤਾਂ ਗਵਾ ਹੀ ਲਿਆ ਤੇ ਹੁਣ ਉਹ ਏਸੀ ਵੀ ਪਿੱਛੇ ਪਿਆ, ਹੁਣ ਸ਼ਾਂਤ ਕਿਵੇਂ ਰਹਿ ਸਕਦੇ ਆ? ਹੁਣ ਕਿਸੇ ਵੀ ਟਾਈਮ ਮੈਂ ਜਿਹੜਾ ਸਾਮਰਾਜ ਬਣਾਇਆ ਹੈ, ਇਹ ਸਭ ਕੁਝ ਖਤਮ ਹੋ ਜਾਏਗਾ। ਤੂੰ ਆਖਦਾ ਸ਼ਾਂਤ ਰਵਾਂ, ਮੇਰਾ ਤਾਂ ਗੁੱਸਾ ਵੱਧਦਾ ਜਾ ਰਿਹਾ ਹੈ। ਪਤਾ ਨਹੀਂ ਹੁਣ ਕੀ ਕਰਾਂਗਾ। ਸਰ, ਓਏ, ਮੈਂ ਆਖਿਆ ਸੀ ਨਾ, ਕੋਈ ਮੈਨੂੰ ਤੰਗ ਨਹੀਂ ਕਰੇਗਾ। ਸਰ, ਚੰਨਾ ਆਇਆ। ਸ਼ਿਕਾਰੀ ਨੂੰ ਕੋਈ ਸ਼ਿਕਾਰ ਡਰਾ ਸਕਦਾ, ਐਵੇਂ ਲੱਗਿਆ ਸੀ ਤੈਨੂੰ? ਸਰ, ਇੱਕ ਵਾਰ ਮੇਰੀ ਗੱਲ ਸੁਣੋਗੇ? ਮੈਂ ਤੇਰੀ ਕਹਾਣੀ ਨਹੀਂ ਸੁਣਨੀ। ਦੱਸ ਪੈਸੇ ਕਿੱਥੇ ਨੇ, ਨਹੀਂ ਤਾਂ ਤੈਨੂੰ ਮਾਰ ਦੇਵਾਂਗਾ। ਸਰ, ਮੈਨੂੰ ਪੈਸਿਆਂ ਦੇ ਬਾਰੇ ਕੁਛ ਨਹੀਂ ਪਤਾ, ਪਰ ਕੱਲ ਕੀ ਹੋਇਆ ਉਹਦੇ ਬਾਰੇ ਦੱਸ ਸਕਦਾ। ਓਏ, ਤੈਨੂੰ ਪੰਜਾਬੀ ਸਮਝ ਨਹੀਂ ਆਉਂਦੀ ਕੀ? ਸਰ, ਮੈਨੂੰ ਮੇਰੇ ਪੈਸੇ ਚਾਹੀਦੇ ਨੇ, ਨਹੀਂ ਤਾਂ ਮੈਂ ਤੈਨੂੰ ਮਾਰ ਦੇਵਾਂਗਾ। ਬਾਬੂ, ਸਰ, ਗੁਰੂ ਜੀ ਦੇ ਹੁਕਮ ਦੇ ਹਿਸਾਬ ਨਾਲ ਅਸੀਂ ਪਵਿੱਤਰ ਧਾਗਾ ਸਿਰਫ ਪੈਸਿਆਂ ਨਾਲ ਭਰੀ ਬੋਰੀ ਤੇ ਹੀ ਬਣਾਇਆ ਸੀ। ਪਲਾਨ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਕੂੜੇ ਦੇ ਢੇਰ ਦੇ ਕੋਲ, ਮੇਰਾ ਮਤਲਬ ਸੀ ਕਿ ਬਿਨਾਂ ਪਵਿੱਤਰ ਧਾਗੇ ਵਾਲੀਆਂ ਬੋਰੀਆਂ ਨੂੰ ਸਭ ਤੋਂ ਪਹਿਲਾਂ ਸਿੱਟ ਦਿੱਤਾ ਜਾਵੇ, ਤੇ ਜਿਨ੍ਹਾਂ ਬੋਰੀਆਂ ਵਿੱਚ ਪਵਿੱਤਰ ਧਾਗਾ ਹੈ ਉਹਨਾਂ ਨੂੰ ਬੈਂਕ ਨੂੰ ਦਿੱਤਾ ਜਾਵੇ। ਉਦੋਂ ਹੀ ਮੈਨੂੰ ਇੱਕ ਕਾਲ ਆਈ। ਹੈਲੋ ਸਰ, ਦੀਪਤੀ ਦੇ ਪਿਤਾ ਚੰਨਾ ਬੋਲ ਰਹੇ ਹੋ? ਹਾਂਜੀ, ਦੱਸੋ। ਸਰ, ਮੈਂ ਬ੍ਰਾਈਟਵੀ ਇੰਟਰਨੈਸ਼ਨਲ ਸਕੂਲ ਤੋਂ ਗੱਲ ਕਰ ਰਹੀ ਹਾਂ। ਸਰ, ਤੁਹਾਡੀ ਧੀ ਖੇਡਦੇ ਵਕਤ ਡਿੱਗ ਪਈ ਤੇ ਉਹ ਜ਼ਖਮੀ ਹੋ ਗਈ। ਅਸੀਂ ਉਸ ਨੂੰ ਹਸਪੀਟਲ ਵਿੱਚ ਐਡਮਿਟ ਕੀਤਾ ਹੈ। ਨਿਊਰੋਸਰਜਨ ਆਖ ਰਹੇ ਨੇ ਕਿ ਸਰਜਰੀ ਦੀ ਲੋੜ ਹੈ, ਤਾਂ ਤੁਸੀਂ ਛੇਤੀ ਤੋਂ ਛੇਤੀ ਉੱਠ ਆ ਜਾਂਦੇ ਹੋ ਤਾਂ ਸਾਡੇ ਲਈ ਹੈਲਪਫੁਲ ਹੋਵੇਗਾ। ਸਰ, ਹਾਂਜੀ ਹਾਂਜੀ, ਮੈਂ ਹੁਣੇ ਪਹੁੰਚ ਰਿਹਾ। ਪਲੀਜ਼ ਛੇਤੀ ਆ ਜਾਓ। ਹਾਂਜੀ ਮੈਡਮ, ਤੁਸੀਂ ਪਲੀਜ਼ ਮੇਰੀ ਕੁੜੀ ਦਾ ਧਿਆਨ ਰੱਖੋ। ਸ਼ੋਰ ਸਰ, ਤੁਸੀਂ ਆ ਜਾਓ। ਓਕੇ ਮੈਡਮ। ਉਸ ਕਾਲ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਬਲੈਂਕ ਹੋ ਗਿਆ ਸੀ। ਸਰ, ਮੈਂ ਆਪਣੀ ਕੁੜੀ ਦੇ ਬਾਰੇ ਸੋਚ ਕੇ ਘਬਰਾਉਣ ਲੱਗ ਪਿਆ। ਭਾਜੀ, ਤੁਸੀਂ ਇੰਨੀ ਟੈਨਸ਼ਨ 'ਚ ਕਿਉਂ ਹੋ? ਕੀ ਹੋਇਆ ਭਾਜੀ? ਜੇ ਅਰਜੈਂਟ ਹੈ ਤਾਂ ਤੁਸੀਂ ਜਾਓ ਭਾਜੀ, ਮੈਂ ਸੇਫਲੀ ਪਹੁੰਚਾ ਦਊਂਗਾ। ਨਹੀਂ ਨਹੀਂ, ਮੇਰਾ ਹੋਣਾ ਜ਼ਰੂਰੀ ਹੈ। ਮੈਂ ਓਟੀ 'ਚ ਆਪਣੇ ਦੋਸਤਾਂ ਨੂੰ ਫੋਨ ਕੀਤਾ, ਆਪਣੇ ਕਜ਼ਨ ਨੂੰ ਫੋਨ ਕੀਤਾ, ਕਿਸੇ ਨੇ ਵੀ ਮੇਰੇ ਕਾਲ ਦਾ ਜਵਾਬ ਨਹੀਂ ਦਿੱਤਾ। ਸਰ, ਮੇਰੀ ਖਰਾਬ ਕਿਸਮਤ, ਮੇਰਾ ਫੋਨ ਡਿੱਗ ਕੇ ਟੁੱਟ ਗਿਆ।
फिर भी उस टेंशन विच मैं ड्राइवर नू बिना पवित्र धागे वाली बोरिया नू ही सिटन लई कहा। उन्हां नू सिटन तो बाद मैं चैक कीता सी सर, जदों बोरियां सिटियां सी तो वह बिना पवित्र धागे तो ही सी। उतों असीं सीधा बैंक पे बैंक मैनेजर रवि शंकर नू मैं वह पवित्र धागे वाली बोरियां दे दित्तियां ते तुरंत मैं उतों ओटी दे लई निकल गया सी सर। नो मिस्टर चन्ना केशव, साड़ी स्कूल तो किसी ने भी तुहानू कॉल नहीं की। जे कोई एमरजेंसी हुई तो असी तुहानू डिटेल विच कॉल करांगे। असी कदी भी पेरेंट्स नू रैंडम कॉल्स नहीं करते। किसी ने बड़ी चलाकी नाल यह साजिश रची है सर। यकीन करो जिवें ही मैनू इस साजिश के बारे पता लग गया मैं तुरंत इत्थे आ गया। सर्वोत्तम 100 दिन चलेगी। प्यो धी की एवें की सेंटीमेंटल स्टोरी है। तू सोचा मैं बेवकूफ हाँ? एक कहानी किसी होर नू सुनाई। दस मैनू पैसे कितने लुकाए ने, नहीं तो मैं तेन मार दवांगा। पीएम बाद च गल करांगा। शायद पैसों के बारे गल करनी है। सत श्री अकाल सर। सर मैं सुनिया सर विआह रद्द हो गया। सीधे मुद्दे ते आओ सर। तुसी बोले सी विआह वाले दिन साढ़े पैसे सैटल कर दोगे पर पेमेंट हजे भी बाकी है सर। मैं ये कह रहा सी सर, असी जो भी प्लैन किया सी सर वो सब कुछ परफेक्ट सी। ते की करा, की करा तेरे प्लैन दा पागल। बाबू हाले असी बहुत प्रेशर चे हाँ, 2 दिन होर पेमेंट क्लियर कर दांगे। ओए रब्बा प्लीज छेती 2 दिन निकल जान। सर से चल दिया चल। तेनू इस गल का बिल्कुल भी अफसोस नहीं है? मैं तेनू टाइम ते आके बस ब्याह रोकण लिए आख्या सी, खत्म होने तो बाद नहीं ते ना ही अपनी बैंड बजाउण दे लई। की करां बॉस, मैं ब्याह रोकण ही चलिया सी पर मेरी वोटी ने अचानक फोन करता ते करीम भाजी दे होटल तो रोटी लैके आन नू आख्या। जीप ने अपना रास्ता बदल लिया। हां प्रेगनेंट लेडी दी क्रेविंग बॉस, इट्स अ फैमिली कमिटमेंट। तू मेरे नाल मजाक कर रहा है कि? तू मेरे तो की उम्मीद करता है लोफर? लास्ट मोमेंट ते तू कॉल करके बोलेगा तेरा ब्याह रोकन ले ही। मैं तेरी एक्स गर्लफ्रेंड आ की है? सर मैं अपना ब्याह रोकन ले ही फोन कीता सी क्योंकि असी दोनों एक दूजे दी मदद करदे पए सी। एदे तो जरूर तेनू मदद मिलदी बॉस। तू तीजे अंपायर नू नो बॉल पाके उन्नू मौका जो देता है, पर जे बोलर अपील करदा ते थर्ड अंपायर अपना फैसला दिंदा। मतलब मैं ये व्याह करना नहीं चाहता, मेरे प्यो ने मजबूर किया यह जी कंप्लेन कर दे, बाकी मैं सब संभाल लवांगा। बॉस कंप्लेन फाइल करो बॉस। लोड नहीं, बस मैनू दस दो मैं आप पे लिख लांगा, तुसी बस साइन कर दियो। टू द असिस्टेंट कमिश्नर ऑफ पुलिस। हेलो करीम भाजी दे होटल दा खाना स्पेसी है, तेरे शीद भाई दा ट्राई करो, सड़ कट पेगा। सर हैप्पी रिटायर्ड लाइफ। रिसीव्ड। अचानक ये सब होया था, मैं बहुत डर गई सी अंकल। मेरे लिए बहुत आम गल है, फ्लैशिंग लाइट ते फोटो फ्लैशेस दी लाइट जदो मेरे ते पेंदी है उदो ये हुंदा है। इनू फोटो सीजर्स आखते ने, जबकि मैं बहुत केयरफुल सी पर कुछ बेवकूफा ने दूजे दिन मेरी फोटो खिंच ली। जिस टाइम मैं बेहोश होके डिग गया उस टाइम संजय ने मेरी बहुत मदद की थी। ओहो अंकल
इस बंदे ते बिल्कुल भरोसा ना करियो, ये बहुत बड़ा ट्रबल मेकर है, एक ही किसी दे हेल्प करेगा। ओ हेलो अंकल, मनी नु बिना टाइम वेस्ट किते हॉस्पिटल च लाने वाला मई सी, गल करती पई है पागल। हां व्या रुक जान दी वजह नाल हुन सारे तेनु नजरअंदाज करनगे, पर तुसी बिल्कुल भी फिक्र ना करियो, अब तुहानु दोवां नु पूरी पेमेंट दवान दी जिम्मेदारी हुन मेरी है। हो हाय गाइस, एते ब्रेकफास्ट पार्टी चल रही है की? सानू चलना चाहिए। व्हाई नॉट, चलो निकलो अंकल, असी दोवे चल दिया। हाँ एक मिनट, तुसी शाम नू फ्री हो? ठीक है, मिलते हैं। ठीक है सर। तू इत्थे की कर रहा है? हाँ दोस्त, आज साडे कॉलेज दा रीयूनियन है, 83 दे बैच दा इत्थे मिलन दा प्लान है। उदो ते आपां बैचमेट हुंदे सी, तेरे बिना असी किवें मिल सकदे सी, इस करके मैं सारे नू इत्थे ही सद लिया है। तू जरा सीरियस होके गल कर सकदा है? सीरियस, पूरा सीरियस, डन। तू इत्थे क्यों है? तिरलोक अंकल मनी, मेरे इत्थे आण दा कारण ते तेनु सवाल करन दी वजह तू जानदा है। तिरलोक, हर कोई जानदा है मैनू फोटो सीजर दी परेशानी है, ते तू भी ये चंगी तरह जानदा है। मैं चंगी तरह जानदा हां दोस्त, पर 100 करोड़ रुपये गायब हुए ने। की मतलब? तू मेरे ते 100 करोड़ रुपये लुटन दा इल्जाम लगा रहे हैं? तेरे कोल हो सकदे ने? सुनो ACP तिरलोक कुमार, तेरे कोल फॉर्मल कंप्लेन या लीगल वारंट नहीं है, बिना किसी सपोर्ट दे तेरा ये इन्वेस्टिगेशन बेकार चला जाऊगा, ते तू किसे डरपोक वांगू रिटायर हो जाना है। ओ यार, इस मुलाकात नु सेलिब्रेट करन ले फ्रंट कैमरा तो एक सेल्फी तो ले सकते हैं। ओ सॉरी, तेनु फ्लैश तो नफरत है। ओके अंकल मणि, तेरे डिस्चार्ज होने तो बाद आपा मिलके रियल रीयूनियन करेंगे जेल इच। किस रहा है मणि? हुन ठीक लग रहा है प्रावा। तेनू कोई मिलन आया सी की? नहीं पाजी। सर जी, चाह सर। शिवू, तू चाह ऑर्डर कीती सी? नहीं सर, नहीं। सुनो सर, मैं इत्थे नवां सर, मेरी वोटी ने चाह बनाई है, एक घुट पी के तो वेखो सर, फिर तुसी वार वार कॉल करोगे सर। तेरी वोटी नू चाह दी गल करदा सी सर। ठीक है समझ गए हो, इधर आ। शुक्र है मेरा काम घट करता, जा चाह दे उन्होंने। मेनू लगता है तू मनहूस दा मनहूस ही रहेगा, बचपन तो ही मेरे पापा तेरे नाल दोस्ती करन तो मना करदे सी मेनू। ते हुन मेरे नाल दोस्ती क्यों कर लई? मैं कदों आई तेरे कोल? हां तू मेरे राज अपनी लत फसाई, जद तू अपने मनहूस पैर रखे ओदो ही पक्का हो गया सी कि ब्याह कैंसल होने वाला है। ए मनहूस मैं नहीं, तू आ। हुन तो नहीं बचपन तो जानना तन्नू, गल गल ते गुस्सा कर दिए बस। एक पंडित ने बचपन च मेरा हाथ वेख के आख्या सी कि मेरी जिंदगी दे चारों पासे पैसा ही पैसा होगा। ओ तो असि वेख ही रहे हां, अपने 3.5 लाख रुपए हजे भी आने बाकी ने। वेख ओदे विच 2 लाख मेरे ने, बाकी सब तेरा है, मैनू मेरा हिस्सा दे दे बस, ते अपने हिस्से लई उन्हां नाल गल करदा रह। ओए एक ही गल होगी मैडम, पिछले 5 महीने तो 500 रुपए वधाउण दी गल हो रही है, 1 रुपए भी नहीं वधाया संजय सर ने, ते तुसी सर तो उम्मीद कर रहे हो जिवें इन्हां कोल पैसें दा पेड़ है? आ लो सर। शुरू च तो कुछ ज्यादा बोल रहा सी, पर आखिर च तू ठीक बोलिया। सारे सुन लो, जेड़े जेड़े बंदियां नू आ पैसे देने ने उन्हें सारे नू वेट करना पाऊगा। ओके है ना, जे मैं पूरी तरह लुट चुके हां। सर मेरी चाह दे पैसे। पी तो लैण दे, फिर देना।
ਕਿੰਨਾ ਹੋਇਆ ਤੇਰਾ? 30 ਰੁਪਈਆ ਸਰ। ਇੰਨੀ ਮਹਿੰਗੀ ਚਾਹ? ਹੈਲੋ। ਹੈਲੋ ਸਰ। ਹਾਂ ਆਕਾਸ਼, ਮੈਨੂੰ ਲੱਗਦਾ ਹੈ ਉਹਨਾਂ ਦੇ ਪੈਸਿਆਂ ਦੇ ਨਾਲ ਕੁਝ ਨਹੀਂ ਕੀਤਾ। ਮੈਂ ਜੋ ਆਬਜ਼ਰਵ ਕੀਤਾ ਹੈ, ਉਹਨਾਂ ਦਾ ਬਿਹੇਵੀਅਰ ਬਿਲਕੁਲ ਨਾਰਮਲ ਲੱਗ ਰਿਹਾ ਹੈ। ਉਹ ਇਸ ਲਈ ਕਿਉਂਕਿ ਸ਼ਰਾਬ ਤੇ ਜਿਹੜੀ MRP ਹੈ ਉਹਨੂੰ ਵੇਖ ਕੇ ਉਹ ਲੋਕਲ ਲੱਗਦੀ। ਉਹਦੇ ਨਾਲ ਬੇਵਕੂਫ ਨਾ ਬਣ ਆਕਾਸ਼। ਕਦੇ ਕਦੇ ਵਿਦੇਸ਼ੀ ਸ਼ਰਾਬ ਜਿੱਥੇ ਨਹੀਂ ਮਿਲਦੀ ਹੈ ਉੱਥੇ ਹੀ ਇਹ ਮਿਲ ਜਾਂਦੀ ਹੈ। ਲਲਿਤ ਚੰਦਰ ਬਾਬੂ ਤੇ ਸਰਵੋਤਮ ਰਾਏ ਬਹੁਤ ਹੀ ਬੁਰੇ ਨੇ। ਆਪਣੇ ਪੈਸਿਆਂ ਦੀ ਸੁਰੱਖਿਆ ਲਈ ਉਹ ਕਿਸੇ ਨੂੰ ਵੀ ਇਸਤੇਮਾਲ ਕਰ ਸਕਦੇ ਨੇ। ਕਰੈਕਟ ਸਰ, ਆਪਾਂ ਕਿਸੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਆਫ ਦ ਰਿਕਾਰਡ ਮੇਰੀ ਮਦਦ ਕਰਨ ਲਈ ਥੈਂਕ ਯੂ ਸੋ ਮਚ ਆਕਾਸ਼। ਮੇਰੇ ਰਿਟਾਇਰਮੈਂਟ ਤੋਂ ਬਾਅਦ ਲੋਕਲ ਸਟੋਰ ਤੋਂ ਅੰਗਰੇਜ਼ੀ ਬ੍ਰਾਂਡ ਦੀ ਸ਼ਰਾਬ ਲੈ ਕੇ ਪਾਰਟੀ ਕਰਾਂਗੇ, ਹੈਂ? ਸ਼ੋਰ ਸਰ, ਮੈਂ ਸ਼ਾਮ ਤੱਕ ਉਹਨਾਂ ਤੇ ਪੂਰੀ ਨਜ਼ਰ ਰੱਖਾਂਗਾ ਸਰ। ਕਿਸੇ ਵੀ ਤਰ੍ਹਾਂ ਦੀ ਡਾਊਟਫੁਲ ਐਕਟੀਵਿਟੀ ਹੋਈ ਤੇ ਮੈਂ ਤੁਹਾਨੂੰ ਇਨਫੋਰਮ ਕਰਾਂਗਾ। ਓਕੇ, ਟੇਕ ਕੇਅਰ। ਸ਼ੋਰ ਸਰ। ਕੀ ਗੱਲ ਹੈ ਬਾਈ, ਹੈਂ? ਤੁਸੀਂ ਤੇ ਕਿੰਨੇ ਅਲਰਟ ਹੋ ਗਏ ਹੋ। ਜੇ ਸਾਡੇ ਉੱਤੇ ਕੋਈ ਵਾਰ ਕਰਨ ਵਾਲਾ ਪੈਦਾ ਹੋ ਜਾਏ ਤੇ ਅਲਰਟ ਹੋਣਾ ਹੀ ਪੈਣਾ। ਹਾਂ, ਹੋਣਾ ਚਾਹੀਦਾ, ਹੋਣਾ ਚਾਹੀਦਾ। ਤੁਹਾਨੂੰ ਵਿਆਹ ਤੋਂ ਪਹਿਲਾਂ ਜਿਹੜੀ ਲਾਸਟ ਕਾਲ ਆਈ ਸੀ ਉਹ ਸਾਡੇ ਬੈਂਕ ਮੈਨੇਜਰ ਰਵੀ ਸ਼ੰਕਰ ਜੀ ਸੀ, ਇਸ ਕਰਕੇ ਮੈਂ ਇੱਥੇ ਆਇਆ ਹਾਂ। ਤੁਸੀਂ ਸ਼ਹਿਰ 'ਚ ਅਫਵਾਹ ਫੈਲਾ ਰਹੇ ਹੋ ਕਿ ਤੁਸੀਂ ਆਪਣਾ ਆਪਣਾ ਗਵਾਹ ਲੈ ਆਏ। ਇੱਕ ਰਿਟਰਨ ਕੰਪਲੇਂਟ ਲਿਖਵਾ ਦਿਓ। ਜੇ ਇਹਦੇ ਪਿੱਛੇ ਕੋਈ ਵੀ ਹੋਇਆ ਤੇ ਉਹ ਸਲਾਖਾਂ ਦੇ ਪਿੱਛੇ ਹੋਏਗਾ। ਜੇ ਕੰਪਲੇਨ ਕਰਨ ਵਾਲਾ ਹੀ ਦੋਸ਼ੀ ਹੋਇਆ ਤੇ? ਸਰਵੋਤਮ, ਆਪਾਂ ਆਪਣੇ ਕੁੱਤਿਆਂ ਨੂੰ ਵਿਸਕੁਟ ਖਵਾ ਕੇ ਵੱਡਾ ਕਰਦੇ ਹਾਂ, ਪਰ ਕਈ ਜਣੇ ਹੱਡੀਆਂ ਦਾ ਲਾਲਚ ਦੇ ਕੇ ਸਾਨੂੰ ਹੀ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਓਏ ਬਾਈ, ਇਹ ਕੁੱਤਾ, ਬਿਸਕਿਟ, ਹੱਡੀ, ਪੈਸਾ, ਇੰਨੀ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਹੁਣੇ ਆਖੀਆਂ, ਮੈਂ ਤਾਂ ਪਾਗਲ ਹੋ ਜਾਵਾਂਗਾ। ਸਰ, ਇਹਨੂੰ ਸੌਖੇ ਲਫ਼ਜ਼ਾਂ 'ਚ ਕਹੋਗੇ ਤਾਂ ਦਿਮਾਗ 'ਚ ਵੜ ਜਾਏਗਾ। ਓਏ, ਤੂੰ ਅੰਕਲ ਮਣੀ ਨੂੰ ਆਪਣੇ ਵੱਲ ਕੀਤਾ ਤੇ ਦੋਵੇਂ ਰਲ ਕੇ ਸਾਜ਼ਿਸ਼ ਕਰਨ ਲੱਗੇ ਹੋ। ਇੱਥੇ ਕੁਝ ਠੀਕ ਨਹੀਂ ਲੱਗ ਰਿਹਾ, ਪਰ ਕੀ ਹੈ ਉਹ ਛੇਤੀ ਪਤਾ ਲੱਗ ਜਾਏਗਾ। ਜਦੋਂ ਤੱਕ ਪਤਾ ਲੱਗੇਗਾ ਤੂੰ ਹਾਰ ਚੁੱਕਿਆ ਹੋਏਗਾ। ਐਕਸਾਈਟਮੈਂਟ 'ਚ ਤੂੰ ਆਪਣੇ ਰਿਟਾਇਰਮੈਂਟ ਦੇ ਬਾਰੇ ਭੁੱਲ ਗਿਆ ਹੈ। ਲੱਗਦਾ ਹੈ ਗੁਰੂ ਜੀ ਅੱਜ ਵੀ ਨੋਟ ਰੀਚੇਬਲ ਨੇ। ਕੀ ਬਾਈ, ਤੇਰੇ ਬੌਸ ਦਾ ਗੁੱਸਾ ਤੇਰੇ ਤੇ ਮੁੱਕ ਗਿਆ? ਹਾਂ, ਬਸ ਕੱਲ ਤੱਕ ਰੁਕੋ ਸਰ, ਸੱਚ ਕੀ ਹੈ ਇਹ ਤੁਹਾਡੇ ਸਾਹਮਣੇ ਆ ਜਾਏਗਾ। ਸੱਚੀ ਉੱਥੇ ਮੈਂ ਉਸ ਵੇਲੇ ਨਹੀਂ ਸੀ। ਓਹੋ, ਤੇ ਉਸ ਤੇ ਤੁਸੀਂ ਕਿੱਥੇ ਗਏ ਸੀ ਉਸਤਾਦ ਜੀ? ਸੋ ਐਕਚੁਅਲੀ ਸੰਜੇ ਉਸ ਟਾਈਮ ਅੰਕਲ ਮਣੀ ਨੂੰ ਹਸਪਤਾਲ ਲੈ ਕੇ ਗਿਆ ਸੀ ਸਰ। ਤੁਹਾਨੂੰ ਤਾਂ ਪਤਾ ਹੈ ਕਿ ਅੰਕਲ ਮਣੀ ਨੂੰ ਫੋਟੋ ਸੀਜ਼ਰ ਵਰਗੀ ਬਿਮਾਰੀ ਹੈ, ਤਾਂ ਫੋਟੋ ਤੁਸੀਂ ਸਾਰੇ ਲਲਿਤ ਚੰਦਰ ਬਾਬੂ ਜੀ ਦੇ ਵੱਲੋਂ ਭੇਜੇ ਗਏ ਲਫੰਗੇ ਹੋ ਜਾਂ
सर्वोत्तम राय दे वल्लों भेजे गए बेवकूफ गुंडे। ओए मरण दे टाइम इन्नी ओवर एक्टिंग क्यों करदा पिया ओए, अपनी इन्वेस्टिगेशन बंद कर दे। बिल्कुल नहीं। सुपर ब्रो, हाँ? कि वो गुंडिया ने तेनू लोकेशन भेजी सी? सर, ओए टाइम ते आके उन्होंने पंच मारिया इस करके पुछिया। सर असी दोवे इत्थे बह के आराम नाल बस रोटी खा रहे सी, फिर मैं देखा कि थोड़ी इन्हां नाल लड़ाई होंदी पई है, इस करके थानू बचाउन आ गया। तुसी बिना मतलब मेरे ते शक कर रहे हो सर, मैं ते एवे ही नहीं समझ पाया कि थानू मारन क्यों आए सी। सर तुसी जिहड़े केस दी इन्वेस्टिगेशन करदे पए हो ओह साडे दोवां नाल किसी भी तरह दा कोई कनैक्शन नहीं है सर। तू जिहड़ा नाटक करन डिया है ओहदे नाल मेरा डाउट घट नहीं होण वाला। हाँ व्याह दी वीडियो कित्थे वे? व्याह दी वीडियो? सर व्याह क्लाइमैक्स तो पहुंचन तो पहले रुक गया सी, इस करके एडिट ही नहीं करवा पाया। डोंट वरी, क्लाइमैक्स ना वो मैं आप बना लांगा, वो व्याह दा वीडियो मैनू दे दे काका। सर अपने आप नू बहुत वड्डे पॉलिटिशियन आखदे ने,
ਪਰ ਇਸ ਕੁੜੀ ਨੂੰ ਪੁੱਛੋ, ਅਜੇ ਤੱਕ ਸਾਡੀ ਪੇਮੈਂਟ ਕਲੀਅਰ ਨਹੀਂ ਗਈ। ਇੱਕ ਫੁੱਟੀ ਕੋਲੇ ਨਹੀਂ ਦਿੱਤੀ ਸਾਨੂੰ, ਤੇ ਉਧਰ ਉਹ ਫੋਟੋਗ੍ਰਾਫਰ ਉਹ ਬੋਲ ਰਿਹਾ ਕਿ ਜਦੋਂ ਤੱਕ ਪੈਸੇ ਨਹੀਂ ਮਿਲਣਗੇ ਨਾ ਫੋਟੋ ਦਊਗਾ ਨਾ ਵੀਡੀਓ। ਸਰ ਅਸੀਂ ਆਪਣੀ ਲਾਈਫ ਦੀ ਪ੍ਰੋਬਲਮ ਕਿਹਨੂੰ ਦੱਸੀਏ? ਇਸ ਕਰਕੇ ਕਿ ਮੈਂ ਮਜ਼ਾਕੀਆਂ ਗੱਲਾਂ ਕਰਨਾ ਹਾਂ, ਮੈਨੂੰ ਜੋਕਰ ਸਮਝਣ ਦੀ ਭੁੱਲ ਨਾ ਕਰਿਓ ਬਰੋ। ਹੇ ਮੈਂ ਅੱਜ ਵੀ ਕੱਲ ਤੱਕ ਇੱਕ ਪੁਲਿਸ ਆਫਿਸਰ ਹੀ ਹਾਂ ਬਰੋ। ਫੋਟੋਗ੍ਰਾਫਰ ਦਾ ਨੰਬਰ ਮੈਨੂੰ ਦੇ ਦਿਓ ਜਾਂ ਫਿਰ ਆਪਣੇ ਤਰੀਕੇ ਨਾਲ ਲਵਾਂ। ਹੈਲੋ ਸਰ। ਹੈਲੋ ਆਕਾਸ਼, ਤੂੰ ਕਿੱਥੇ ਹੈ? ਸਰ ਮੈਂ ਤੁਹਾਡੇ ਦਰਵਾਜ਼ੇ ਤੇ ਖੜਿਆ ਸਰ। ਓਹ ਆਕਾਸ਼, ਅੰਦਰ ਆ, ਤੂੰ ਇੰਨੀ ਛੇਤੀ ਕਿਵੇਂ ਪਹੁੰਚ ਗਿਆ? ਆ ਜਾ ਸਰ। ਆ ਰਹੀ ਹਾਰਡ ਡਿਸਕ। ਤੁਸੀਂ ਜਿਹੜੀ ਵਿਆਹ ਦੀਆਂ ਫੋਟੋਆਂ ਤੇ ਵੀਡੀਓਜ਼ ਮੰਗਾਈ ਸੀ ਉਹ ਇਹਦੇ 'ਚ ਆ ਸਰ। ਉਹਨੇ ਬਿਨਾਂ ਪੇਮੈਂਟ ਤੋਂ ਦਿੱਤੀ? ਜਦੋਂ ਮੈਂ ਪੁਲਿਸ ਦਾ ਜ਼ਿਕਰ ਕੀਤਾ ਤੇ ਪੇਮੈਂਟ ਦੀ ਗੱਲ ਸਾਹਮਣੇ ਹੀ ਨਹੀਂ ਆਈ ਸਰ। ਦੈਟਸ ਗ੍ਰੇਟ ਸਰ। ਇਫ ਆਈ ਮੇ ਆਸਕ, ਪਲੀਜ਼, ਇਸ ਕੇਸ ਨੂੰ ਲੈ ਕੇ ਤੁਸੀਂ ਇੰਨਾ ਸਟ੍ਰੈਸ ਕਿਉਂ ਲੈਂਦੇ ਹੋ ਸਰ? ਜਦ ਕਵਾੜੀ ਪੇੜ ਤੇ ਵਾਰ ਕਰਦੀ ਹੈ ਤੇ ਕਵਾੜੀ ਸ਼ਾਇਦ ਭੁੱਲ ਵੀ ਜਾਵੇ, ਪਰ ਪੇੜ ਇਹਨੂੰ ਕਦੇ ਨਹੀਂ ਭੁੱਲਦਾ। ਇਹ 2009 ਦੀ ਗੱਲ ਹੈ, ਮੈਥੋਂ ਕੋਈ ਡਿਟੇਲਸ ਨਾ ਪੁੱਛੀ। ਇਹ ਉਹੀ ਲਲਿਤ ਚੰਦਰ ਬਾਬੂ ਤੇ ਸਰਵੋਤਮ ਰਾਏ ਨੇ ਜਿਹੜੇ ਬਹੁਤ ਵੱਡੇ ਘਪਲੇ 'ਚ ਫਸ ਗਏ ਸੀ। ਰੋਲਿੰਗ, ਓਪੋਜੀਸ਼ਨ, ਮੀਡੀਆ, ਸਾਰੇ ਜਣੇ ਉਸ ਘਪਲੇ 'ਚ ਸ਼ਾਮਿਲ ਸੀ ਜਿਹਦੇ 'ਚ ਹਜ਼ਾਰਾਂ ਕਰੋੜ ਜਨਤਾ ਦੇ ਪੈਸੇ ਸੀ। ਜੇ ਇੱਕ ਦਾ ਵੀ ਨਾਮ ਸਾਹਮਣੇ ਆਇਆ ਹੁੰਦਾ ਤੇ ਸਾਰੇ ਦੇ ਸਾਰੇ ਜੇਲ੍ਹ 'ਚ ਹੁੰਦੇ। ਮੈਂ ਇਹਨੂੰ ਪਰਸਨਲੀ ਲਿਆ, ਸੀਕ੍ਰੇਟਲੀ ਮੈਂ ਸਾਰੇ ਸਬੂਤ ਇਕੱਠੇ ਕੀਤੇ ਤੇ ਮੈਂ ਉਹਨਾਂ ਨੂੰ ਤਕਰੀਬਨ ਫੜ ਹੀ ਲਿਆ ਸੀ। ਉਹ ਸਾਰੇ ਇਕੱਠੇ ਹੋ ਗਏ ਤੇ ਮੈਨੂੰ ਨਿਸ਼ਾਨਾ ਬਣਾਇਆ ਤੇ ਉਦਣ ਤੋਂ ਹੀ ਇਹ ਮੇਰੀ ਸਿਰਫ ਇੱਕ ਜਾਂ ਦੋ ਹਾਰ ਨਹੀਂ ਸੀ, ਉਦਣ ਤੋਂ ਲੈ ਕੇ ਅੱਜ ਤੱਕ ਮੈਂ ਬਾਜ਼ ਦੇ ਵਾਂਗ ਉਹਨਾਂ ਤੇ ਨਜ਼ਰ ਰੱਖ ਰਿਹਾ ਹਾਂ। ਪਰ ਵੇਖੋ, ਇਹਨੂੰ ਹੀ ਆਖਦੇ ਨੇ ਕਿਸਮਤ। ਉਹਦੇ ਆਪਣੇ ਬੇਟੇ ਨੇ ਮੈਨੂੰ ਖਬਰ ਦਿੱਤੀ। ਸੁਪਰ ਓਵਰ ਤੇ ਲਾਸਟ ਬਾਲ, ਇਹਦੇ ਨਾਲ ਖੇਡ ਬਦਲ ਵੀ ਸਕਦੀ ਹੈ, ਇਸ ਕਰਕੇ ਮੈਂ ਖੇਡ ਰਿਹਾ ਹਾਂ। ਆਈ ਹੋਪ ਯੂ ਵਿਲ ਵਿਨ ਸਰ, ਆਲ ਦਾ ਵੈਰੀ ਬੈਸਟ। ਥੈਂਕ ਯੂ ਆਕਾਸ਼ ਫੋਰ ਯੋਰ ਹੈਲਪ, ਆਈ ਵਿਲ ਬੀ ਐਵਰ ਗ੍ਰੇਟਫੁਲ। ਐਨੀ ਟਾਈਮ ਸਰ। ਤੇ ਫਿਰ ਮੈਂ ਹੁਣ ਚੱਲਦਾ। ਥੈਂਕ ਯੂ ਐਂਡ ਬੈਸਟ ਆਫ ਲੱਕ। ਥੈਂਕ ਯੂ ਸਰ। ACP ਤਿਰਲੋਕ, ਅੰਕਲ ਮਰੀ ਦੇ ਨਾਲ ਰਲ ਕੇ ਸਾਡੇ ਖਿਲਾਫ ਸਾਜ਼ਿਸ਼ ਕਰ ਰਹੇ ਹੋ। ਐਕਸਾਈਟਮੈਂਟ 'ਚ ਤੂੰ ਆਪਣੀ ਰਿਟਾਇਰਮੈਂਟ ਭੁੱਲ ਚੁੱਕਿਆ ਹੈ। ਸਿਰਫ 2 ਦਿਨ ਬਚੇ ਨੇ ਤੇਰੀ ਰਿਟਾਇਰਮੈਂਟ 'ਚ। ਤੁਸੀਂ ਬਿਨਾਂ ਮਤਲਬ ਮੇਰੇ ਤੇ ਸ਼ੱਕ ਕਰ ਰਹੇ ਹੋ। ਅੰਕਲ ਮਣੀ ਦੀ ਜੋ ਹਾਲਤ ਹੈ ਉਹਨੂੰ ਫੋਟੋ ਸੀਜ਼ਰਸ ਆਖਦੇ ਨੇ ਸਰ। ਤੇ ਤੂੰ ਵੀ ਇਹ ਚੰਗੀ ਤਰ੍ਹਾਂ ਜਾਣਦਾ ਹੈ? ਉਦੋਂ ਮੈਂ ਉੱਥੇ ਨਹੀਂ ਸੀ ਸਰ। ਕੱਲ ਮੇਰੀ ਰਿਟਾਇਰਮੈਂਟ ਤੋਂ ਪਹਿਲਾਂ ਉਹਨਾਂ ਦੋਨਾਂ ਨੂੰ ਕਿਸ ਤਰ੍ਹਾਂ ਵੀ ਫੜ ਕੇ ਸਲਾਖਾਂ ਦੇ ਪਿੱਛੇ ਪਾਉਣਾ ਹੈ। ਪਲੇ ਕਰੀ ਜ਼ਰਾ। ਨੈਕਸਟ ਪਲੇ ਕਰੀ। ਉਸ ਟਾਈਮ ਤੇ ਮੈਂ ਉੱਥੇ ਨਹੀਂ ਸੀ ਸਰ। ਹਰ ਕੋਈ ਜਾਣਦਾ ਹੈ ਕਿ ਮੈਨੂੰ ਫੋਟੋ ਸੀਜ਼ਰਸ ਹੈ।
संजय उस टाइम अंकल मणि नु हॉस्पिटल लेके गया सी सर। इनकम टैक्स सेक्शन 56। ब्याह दे वेले मिलिया होया कोई भी कैश पूरी तरह टैक्स फ्री हुंदा है। ओदे ते एक रुपया भी टैक्स नहीं लगदा। मतलब कैश गिफ्ट नू 100 करोड़ दा दसना चाहुंदे ने? उदो जदों आपां गुरुजी दे आश्रम गए सी ते मैं वॉशरूम गया सी। तू जो पैसा दित्ता सी ओ ब्लैक तो वाइट करके सुरक्षित कर दित्ता गया। हुण आखिरी 100 करोड़ है। अपने बच्चों का एक दूसरे ना व्याह करना सब तो वधिया तरीका है, पर सावधान रहो, तुहाडे निवास तो पैसे दीआं भरीआं बोरियां ठीक सुबह 10:05 ते निकल जानियां चाहीदियां। अगर तुसीं इह विशेष स्थिति दे समें नूं भुल गए तो पैसा तुहाडे हत्थ विच नहीं आएगा। पैसे दीआं भरीआं बोरियां ते इह पवित्र धागा बन्न दिओ। नोटां दीआं जिन्नीआं वी बोरियां होणगीआं उन्हां दे नाल उन्नीआं ही चावल दीआं बोरियां मिला दिओ, पर चावल दीआं बोरियां दे धागा ना बन्निओ। बैंक पहुंचण तों 1 किलोमीटर पहलां उत्तर दिशा वल मूँह करके नारायणपुरा विच कूड़े दे ढेर कोल इन्हां नूं रख दिओ। कुछ भी नज़रअंदाज ना करिओ, जिवें कह उवें ही करिओ। बस उदों ही मैनूं पता लग गया कि वो सारे अपने 100 करोड़ के काले पैसों नूं चिट्टा करन दे लई अपने बच्चों का व्याह करवाउण डए ने। आह प्रचार करन तो बाद की वो सिर्फ अनाज ही लैणगे, फिर इनकम टैक्स फाइल करके ओ 100 करोड़ किवें विखाउणगे? वेख, एक अकाउंट सरकार दे लई सी ते दूजा आम जनता दे लई। मैं तैनूं कहा सी ना मेरे कोल तेरे लई एक सरप्राइज है। ऑल द बेस्ट सर। चल मैडम बहुत ब्यूटीफुल है। चल ना, तेरे लई एक होर सरप्राइज है मेरे को। अपने दोनों दे प्यो इस व्याह नूं लैके सीरियस नहीं है। वो बस अपनी ब्लैक मनी नूं वाइट विच बदलना चाहुंदे ने। हुण दे लई व्याह कर ला, बाद विच डिवोर्स ले लवी, एवें पापा ने कहा। डिवोर्स? मैं डिवोर्स तां गल पहुंचणी नहीं देनी, मैनूं ही कुछ करना पैणा है। इहदा मतलब उहनां नूं इक बंदा चाहीदा सी जो उहनां दे इशारिआं ते नच्चे। बिल्कुल, इस लई उहने साडा स्टार्टअप चुनिआ। तां फिर उह जो कह रही सी कि सधारण व्याह स्टार्टअप लई इक बहुत ही वधिया मौका है, ओ सब किसी इलेक्शन बस होने वाले ने ना, ते पब्लिसिटी ता सिंपलिसिटी दे नाम ते पब्लिसिटी दा सहारा ले रहे ने ता जो अपने ब्लैक मनी नु आसानी नाल वाइट कर लैन। असी दोवे अपनी लाइफ च छेती तो छेती सेटल होना चाहुंदे आ, पर तैनू हर काम च अपनी लत रलानी आ। साडे डिफरेंसेस नु दूर करके एक टीम वांग काम करना है। जदों वधिया बंदे पाप करन वाले पापियां नु धोखा दिंदे ने ते उहनू पाप नहीं कहिंदे। की कहा? काला धन जे गुआच भी गया तां कुछ नहीं कर सकते। चोर नूं फड़ना चाहवांगे ते खुद फड़े जावांगे। चोर दे घरों चोरी करना चोरी नहीं कहांदी। ते फिर डील? डील? ओए, ऐ की भाई, तुसी सारी जगह खाली करवाती है? सर कुछ भी ना बोलो सर, हुणे ही सानू ये गल पता चली है। कूल चन्ना कूल, हले मुक्या कित्थे यार।
लापता लोगों नू फड़ लैने आ, आपे ही असली चोर फड़े जाणगे। सही आख्या चन्ना, ये अजे खत्म नहीं होया। जे ये चला गया तो इज्जत दे नाल रिटायरमेंट लैन लई टाइम ते पहुंच जाएगा। मिला दी जान वाली बस च चढ़ रहा सी, फड़के इत्थे ले आया। सर प्लीज मैनू ना मरो, ना मरो, ना मरो, ना मरो। सर मैं कोई आतंकवादी है या वड्डा अपराधी जो मेरा मुंह ना खोलन ते चंगी तरह मार रहे हो? मैं सच दसूंगा, मैं सब कुछ सच दसूंगा। तू तो चंगी तरह खातिरदारी की थी। मैं तो इन्नू हत्थ भी नहीं लाया सर। सर मारियो भी ना, सारा कुछ सच दसूंगा। सर विआह वाले दिन पैसे ते चावल गड्डी विच नाल जा रहे सी ते संजय सर ने उस गड्डी दा पिछा कर ली मैनू कहा सी ते मैं उस गड्डी दा पिछा करन लई चला गया। पर इंदे विचकार सर शादी वाली जगह तो लीला मैडम ने अपनी आवाज बदल के किसी दूसरे नंबर तो चन्ना नूं फोन कीता। सर तुसी दीप्ति दे फादर चन्ना बोल रहे हो ना? हां जी दसो। तुहाडी कुड़ी खेडदे होए गिर गई सी ते ओनू काफी सट्टा वी लग्या सी। बाद संजू सर गड्डी के अंदर चले गए। उन्होंने पैसों वाली बोरियां का धागा खोल दिता तो उसे बदल के चावल वाली बोरियां से बन दिता। पैसे वाली बोरियां नूं चावल दी बोरियां समझ के गड्डी ते ड्राइवर ते चन्ना ने कूड़े दे ढेर कोले सुट दित्तियां। पैसे दी बोरियां कूड़ेदान विच रह गईयां ते चावल दी बोरियां उन्हां दे नाल चलियां गईयां। सर उन्दे विच किन्ने सी, किन्ने नोट सी, मैं सच्ची नहीं जानता सर। 1 लाख दे लालच विच कीता मैं सब सर। जे मैनू पहला पता हुंदा कि पुलिस केस बन जाऊगा तां मैं कदी भी ए नहीं करदा सर। हुन ओ दोवे किथे ने? टाइम की हो रहा तुहाडी गड्डी च? 3:30 है। उन्हां दी शाम 4 बजे स्विट्जरलैंड दी फ्लाइट है सर। उन्हां दी शाम नू 4 बजे स्विट्जरलैंड दी फ्लाइट है सर। जे 4 बजे दी फ्लाइट है ते ओ पहला ही चेक इन कर चुके होने, इंटरनेशनल बॉर्डर क्रॉस कर लिया, फिर उन्होंने कोई हत्थ भी नहीं ला सकता। लेडीज एंड जेंटलमैन, दिस इज एन इंपॉर्टेंट अनाउंसमेंट। फ्लाइट नंबर BE204 शेड्यूलिंग स्विट्जरलैंड टर्मिनल 1 हैज बीन कैंसल्ड ड्यू टू सिक्योरिटी रीजंस। वी रिग्रेट द इनकन्वीनियंट कॉल। हे आकाश, ईमानदार कम्मा दे ले, रब भी बिना किसी मतलब तो मदद कर देने। हाँ, गारंटी। ओए, तेरे पाजी ते भाभी दी फ्लाइट कैंसल हो गई। आकाश, उन्हां दोवां नूं जेल च पाउण तो बाद रिटायर होवांगा। No way. See, passengers name are Sanjay, Leela.
एक बार फिर तो चेक करो प्लीज। सर मैं सारिया एयरलाइंस के डेटाबेस में स्कैन कर लिया है, तुसी जिहड़े पैसेंजर की डिटेल नू प्रोवाइड किया है वह पैसेंजर की डिटेल मैच नहीं कर रही सर। बाबू उन्होंने पहले ही फड़ना चाहिए सी। तू कितना होशियार है यार, तू तो अपनी फ्लाइट ही बदल दित्ती। मैंने पहला ही शक सी कि शिव फड़िया जा सकता है, ऐस करके क्लाइमेक्स दे लाई मैं एक ट्विस्ट सोच के रखा सी। सोच के बुरा लगता है, बेचारे शिव नु उन्होंने फड़ लिया। शिव दी फिकर तू ना कर, पुलिस दे कोल कोई भी सबूत नहीं है, ओ शिव नु मसाला डोसा खवा के घर भेज देंगे। तो हुण असीं किथे जा रहे हां? स्विट्जरलैंड दी बजाय जर्मनी जा रहे हां, लेकिन पैसे? ओहो जर्मनी नहीं जा रहे आपा, साडा पैसा तां स्विस बैंक च वे, अपा सिर्फ फ्लाइट चेंज कीती है, डेस्टिनेशन तो वही है। ये फ्लाइट सब तो पहला जाओगे जर्मनी ते फिर टर्न करके पहुंचेगी स्विट्जरलैंड। पता नहीं तेरा दिल कदों मेरे वाल टर्न होएगा। एवें तेनू स्विट्जरलैंड को मान थोड़ी चलिया, कोई तो वजह होगी। हाँ की मतलब? आई लव यू। तू पहला क्यों नहीं कहा? तू कदे पूछा ही नहीं। आई लव यू टू, ते बहुत रोमांटिक सी। थैंक्स। हे डोंट वरी, साढ़े हाथ पैसे नाल भरे हुए ने ते साड़ा दिल प्यार नाल भरिया होया, रोमांस से हुन शुरू होना है डार्लिंग। सस्रीकाल, ए नंदन न्यूज़ आ समाचार पेश कर दिए श्री लक्ष्मी वेंकटराम ते राज्य दे एसीपी तिरलोक कुमार ईमानदारी नाल ड्यूटी करन तो बाद रिटायर हो गए अज सवेरे। सूचना सूत्रां तो ए मिली है कि सम्मान दे व्यवस्था विच सीप कट होन करके कमिश्नर नाराज हो गए सन। एक प्रसिद्ध नेता जिन्हां दा आम जनता गुरुआं ते बहुत सारे होर मंत्रियां नाल अच्छा संबंध सी, उन्हां नू भी फड़ लिया गया है। भू माफिया रेशव ते उन्हां दे नाल ग्रुप वाले जिन्ने भी आदमी सी उन्हां नू पुलिस ने फड़ लिया है, ते उन्हां दे साथी ललित चंद ते पुरशोत्तम राय तो भी पुछगिछ की जा सकती है अजिहा कहा जा रहा है। उन्होंने भी पुलिस स्टेशन बुलाया गया है। ललित चंद ते पुरशोत्तम राय लई हुण बहुत ही चिंता वाली गल है, क्योंकि वह हुण गहरे संकट विच ने। अगलियां ताज़ा खबरां विच साड़ी फिर मुलाकात होवेगी। नमस्कार।